जस पंजाबी देखते हुए सारे दर्शकों को मेरे वालों प्यार भरी सत श्री अकाल। तुहाडा स्वागत साढ़े इस स्पैशल प्रोग्राम दे विच। हर संडे शाम नूं तुहाडे नाल जुड़ के बड़ू साहब कलगीधर ट्रस्ट संस्था के बारे वख वख अपडेट्स तुहानूं दसदे आं। ते इत्थे अज आपां इस गल ते विशा तुहाडे नाल करन जा रहे हां कि जिथे इस संस्था नूं किन्ने क चैलेंजेस फेस हो रहे इन करंट टाइम्स दे विच, इन औखी समयां दे विच, कि ये पुराने तो चैलेंजेस नू ओवरकम करके किस तरह की सेवा कर रही है। ते तुहानू अज दी डेट विच तुसी किस तरह इस संस्था नाल जुड़ के इस सेवा दे विच अपना हिस्सा पा सकते हो। ते जिस तरह हर हफ्ते साडे नाल एक बहुत ही वधिया पैनल जुड़दा है सेवादारां दा, सपोर्टर्स दा, वख वख इंडिविजुअल्स जो इस कॉज दे नाल जुड़े हुए हैं। ते अज भी मैनू बहुत खुशी हो रही है साडे इस पैनल नू इंट्रोड्यूस करदे हुए। सो विदाउट एनी फर्दर ड्यू, प्लीज़ जॉइन मी इन वेलकमिंग साडे अज शाम ਦੇ ਪੈਨਲ। ਸਭ ਤੋਂ ਪਹਿਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਾਰਿਆਂ ਨੂੰ ਸਵਾਗਤ। ਸਭ ਤੋਂ ਪਹਿਲੇ ਮੈਂ ਪੈਨਲ ਨੂੰ ਇੰਟਰੋਡਿਊਸ ਕਰਾਉਣਾ ਚਾਹੁੰਦੀ ਹਾਂ ਸਾਡੇ ਨਾਲ ਨਿਊਯਾਰਕ ਤੋਂ, ਮਾਈ ਹੋਮ ਟਾਊਨ ਜਿੱਥੇ ਮੈਂ ਵੀ ਜੁੜੀ ਹਾਂ, ਗੁਰਚਰਨ ਸਿੰਘ ਵਰਿੰਗ ਜੀ। ਗੁਰਚਰਨ ਸਿੰਘ ਜੀ, ਤੁਸੀਂ ਨਾ ਕਿ ਸਿਰਫ ਇਸ ਨਿਊਯਾਰਕ ਦੀ ਕਮਿਊਨਿਟੀ ਵਿੱਚ, ਕਿੰਨੇ ਪੁਰਾਣੇ ਤੋਂ ਸੈਟਲਡ ਹੋ ਰੀਅਲ ਸਟੇਟ ਕਾਰੋਬਾਰ ਦੇ ਵਿੱਚ ਤੁਸੀਂ ਨਾਮ ਬਣਾਇਆ ਹੈ ਬਹੁਤ ਵੱਡੇ ਲੈਵਲ 'ਤੇ, ਬਟ ਤੁਸੀਂ ਇਸ ਸੰਸਥਾ ਦੇ ਨਾਲ ਲਗਭਗ 35-40 ਈਅਰਸ ਤੋਂ ਜੁੜੇ ਹੋਏ ਹੋ। ਤੁਹਾਡਾ ਆਪਦਾ ਇੱਕ ਪਰਿਵਾਰਕ ਰਿਸ਼ਤਾ ਵੀ ਬਾਬਾ ਇਕਬਾਲ ਜੀ ਨਾਲ ਹੈਗਾ। ਸੋ ਇਟਸ ਸੋ ਗੁੱਡ ਟੂ ਹੈਵ ਯੂ ਗੁਰਚਰਨ ਸਿੰਘ ਜੀ, ਵੈਲਕਮ ਟੂ ਦਾ ਪ੍ਰੋਗਰਾਮ। ਅਫਕੋਰਸ ਸਾਡੇ ਨਾਲ ਰਵੀਦੀਪ ਕੌਰ ਮੁਕਤਾ ਜੀ ਟੈਕਸਿਸ ਤੋਂ, ਅਤੇ ਜਸਪਾਲ ਸਿੰਘ ਜੀ ਕੈਲੀਫੋਰਨੀਆ ਤੋਂ। ਸਾਰਿਆਂ ਨੂੰ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਯੂ ਨੋ, ਅੱਜ ਮੈਂ ਥੋੜ੍ਹਾ ਜਿਹਾ ਜਿੱਥੇ ਆਪਾਂ ਕਰੰਟ ਟਾਈਮਸ ਦੀ ਗੱਲ ਕਰਦੇ ਹਾਂ ਕਿ ਕਰੰਟ ਟਾਈਮਸ ਦੇ ਵਿੱਚ, ਖਾਸ ਕਰਕੇ ਇੰਡੀਆ ਦੇ ਵਿੱਚ, ਕਿਸ ਤਰ੍ਹਾਂ ਦੇ ਚੈਲੇਂਜਸ ਸਾਰਿਆਂ ਨੂੰ ਫੇਸ ਕਰਨੇ ਪੈ ਰਹੇ ਆ। ਆਈ ਮੀਨ, ਦਿਨ ਬਰ ਦਿਨ ਸਾਨੂੰ ਖਬਰਾਂ ਸੁਣਨ ਨੂੰ ਮਿਲਦੀਆਂ ਕਿ ਕਿਸ ਤਰ੍ਹਾਂ ਕੰਟਰੀ ਦਾ ਹੈਲਥ ਕੇਅਰ, ਇੰਡੀਆ ਦਾ ਹੈਲਥ ਕੇਅਰ ਸਿਸਟਮ ਕਲੈਪਸ ਹੋ ਰਿਹਾ ਕੋਵਿਡ ਦੇ ਬਰਡਨ ਦੇ ਅੰਡਰ, ਕਿ ਭਾਵੇਂ ਉਹ ਹੈਲਥ ਕੇਅਰ ਪ੍ਰੋਫੈਸ਼ਨਲਸ ਹੋਣ, ਆਮ ਮਿਡਲ ਕਲਾਸ ਲੋਕ ਹੋਣ, ਜਾਂ ਜੋ ਰੂਰਲ ਏਰੀਆਜ਼ ਦੇ ਵਿੱਚ, ਪਿੰਡਾਂ ਦੇ ਵਿੱਚ ਰਹਿ ਰਹੇ ਆ, ਜਿਨ੍ਹਾਂ ਦੇ ਕੋਲ ਆਲਰੇਡੀ ਕੁਛ ਨਹੀਂ ਹੈਗਾ, ਉਹ ਕਿਸ ਤਰ੍ਹਾਂ ਸਫ਼ਰ ਕਰ ਰਹੇ ਹੈ ਬੇਸਿਕ ਚੀਜ਼ਾਂ ਲਈ। ਉੱਥੇ ਇਹ ਸੰਸਥਾ ਕਿੰਨੇ ਵੱਡੇ ਲੈਵਲ 'ਤੇ ਆਪਣੀ ਸੇਵਾ ਹਾਲੇ ਵੀ ਨਿਭਾ ਰਹੀ ਹੈ, ਉਹਦੀ ਤਾਂ ਗੱਲ ਜਾਰੀ ਰਹੇਗੀ, ਬਟ ਅੱਜ ਮੈਂ ਥੋੜ੍ਹੀ ਜਿਹੀ ਹਿਸਟਰੀ ਬਾਰੇ ਗੱਲ ਕਰਨਾ ਚਾਹੁੰਦੀ ਹਾਂ, ਸੰਸਥਾ ਦੀ ਹਿਸਟਰੀ, ਜਿੱਥੇ ਕਿਸਾਨੀ ਮੁੱਦਾ ਅੱਜ ਸਾਰਿਆਂ ਲਈ ਇੱਕ ਪ੍ਰਾਇਓਰਿਟੀ ਬਣ ਕੇ ਖੜਿਆ ਹੋਇਆ, ਕਿ ਇਹ ਕਿਸਾਨੀ ਮੁੱਦਾ ਤਾਂ ਇਹ ਸੰਸਥਾ ਨੇ ਸ਼ੁਰੂ ਤੋਂ ਚੁੱਕਿਆ ਹੋਇਆ। ਗੁਰਚਰਨ ਸਿੰਘ ਜੀ, ਮੈਂ ਤੁਹਾਡੇ ਨਾਲ ਸ਼ੁਰੂ ਕਰਨਾ ਚਾਹਾਂਗੀ, ਬਿਕੋਜ਼ ਤੁਸੀਂ ਇੰਨੇ ਪੁਰਾਣੇ ਤੋਂ ਜੁੜੇ ਹੋਏ ਹੋ ਸੰਸਥਾ ਦੇ ਨਾਲ। ਤੁਸੀਂ ਸਾਨੂੰ ਸਭ ਤੋਂ ਪਹਿਲੇ ਇਹ ਦੱਸੋ ਕਿ ਤੁਹਾਡੀ ਜਰਨੀ ਇਸ ਸੰਸਥਾ ਦੇ ਨਾਲ ਕਿਸ ਤਰ੍ਹਾਂ ਸ਼ੁਰੂ ਹੋਈ। ਗੁਰਚਰਨ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਮੇਰਾ ਪਰਿਵਾਰਕ ਰਿਸ਼ਤਾ ਬਣਿਆ ਸੀ ਇਹਨਾਂ ਨਾਲ, ਇਸ ਫਾਊਂਡੇਸ਼ਨ ਨਾਲ ਮੈਰਿਜ ਤੋਂ ਬਾਅਦ, ਕਿਉਂਕਿ ਜਿਹੜੇ ਮੇਰੇ ਫਾਦਰ ਇਨ ਲਾਅ ਸੀ ਉਹ ਬਾਬਾ ਜੀ ਨਾਲ ਇਕੱਠੇ ਕਾਲਜ ਪੜ੍ਹੇ ਨੇ, ਅਤੇ ਉਹ ਇਕੱਠੇ ਹੀ ਸੰਤ ਤੇਜਲ ਸਿੰਘ ਨਾਲ ਉਹਨਾਂ ਦਾ ਇੱਕ ਲੈਕਚਰ ਸੁਣਨ ਤੋਂ ਬਾਅਦ ਸਾਰੇ ਜੁੜੇ ਸੀ, ਡਾਕਟਰ ਗੁਰਬਖਸ਼ ਸਿੰਘ ਗਿੱਲ, ਖੇਮ ਸਿੰਘ ਗਿੱਲ ਜੀ, ਅਤੇ ਉਹ ਅਤੇ ਮੈਂ ਤਾਂ ਇਹਨਾਂ ਦੇ ਸੰਪਰਕ ਵਿੱਚ 1972 ਵਿੱਚ ਆਇਆ, ਅਤੇ ਉਹ ਉਸ ਤੋਂ ਬਾਅਦ ਆਇਆ ਹੈਗਾ, ਅਤੇ ਬਾਕੀ ਉਸ ਤੋਂ 25-30 ਸਾਲ ਤੋਂ ਮੈਂ ਇਸ ਸੰਸਥਾ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੋ ਵੀ ਮੈਂ ਕਰ ਸਕਦਾ ਜੁੜਿਆ ਹੋਇਆ ਸੇਵਾ ਵਿੱਚ, ਅਤੇ ਸੰਗਤ ਤੋਂ ਵੀ ਬਹੁਤ ਸਪੋਰਟ ਮਿਲੀ ਹੈ। ਹਰ ਵੇਲੇ ਜਦੋਂ ਵੀ ਅਪੀਲ ਕੀਤੀ ਆ, ਖਾਸ ਕਰਕੇ 2014 ਵਿੱਚ ਜੋ ਸਾਰੀ ਅਮਰੀਕਾ ਨੇ ਸੰਗਤ ਨੇ ਇਸ ਨੂੰ ਹੁੰਗਾਰਾ ਭਰਿਆ ਸੀ, ਉਹਦੀ ਵਜ੍ਹਾ ਇਹ ਹੈ ਕਿ ਗੁਰੂ ਕੀ ਕਾਸ਼ੀ ਅੱਜ ਮਤਲਬ ਉਹਦਾ ਕੰਮ ਪੂਰਾ ਹੋਣ ਜਾ ਰਿਹਾ ਹੈ, ਅਤੇ ਇਹ ਮੇਰਾ ਪਿਛੋਕੜ ਹੈ ਜੀ। ਐਂਡ ਗੁਰਚਰਨ ਸਿੰਘ ਜੀ, ਤੁਸੀਂ ਅੱਜ ਦੀ ਡੇਟ ਦੇ ਵਿੱਚ ਜਦੋਂ ਵੀ ਨਿਊਯਾਰਕ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਸੰਸਥਾ ਨੂੰ ਲੈ ਕੇ, ਚੈਰਿਟੀ ਫੰਡ ਰੇਜ਼ਿੰਗ ਇਵੈਂਟਸ, ਇਹੋ ਜਿਹੀ ਕੋਈ ਵੀ ਇਵੈਂਟਸ ਹੁੰਦੀ ਹੈ, ਤੁਸੀਂ ਬਿਲਕੁਲ ਅੱਗੇ ਖੜ ਕੇ ਫੋਰ ਫਰੰਟ 'ਤੇ ਖੜ ਕੇ ਸਪੋਰਟ ਕਰਦੇ ਹੋ, ਹੈਲਪ ਕਰਦੇ ਹੋ, ਔਰਗਨਾਈਜ਼ ਕਰਦੇ ਹੋ ਇੱਥੇ ਦੀ ਸੰਗਤ ਨੂੰ। ਸੋ ਅਫਕੋਰਸ ਸਾਡੇ ਸਾਰਿਆਂ ਵੱਲੋਂ ਯੂ ਨੋ ਅਪਰੀਸ਼ੀਏਸ਼ਨ ਹੈ ਤੁਹਾਡੇ ਇਸ ਕੰਮ ਦੀ, ਇਸ ਇਨਵੋਲਵਮੈਂਟ ਦੀ। ਸਰ, ਜਦੋਂ ਗੱਲ ਆਉਂਦੀ ਹੈ ਕਿ ਇਸ ਸੰਸਥਾ ਨੇ ਕਿੰਨੀ ਕੁ ਮੈਂ ਕਹਾਂਗੀ ਮਾਈਲਸਟੋਨਸ ਅਚੀਵ ਕੀਤੇ ਹੈ ਤੁਹਾਡੇ ਅੱਖੋਂ ਅੱਗੇ ਤੁਸੀਂ ਦੇਖਿਆ, ਤੁਸੀਂ ਕੀ ਸਾਨੂੰ ਥੋੜ੍ਹਾ ਜਿਹਾ ਰੀਕੈਪ ਦੱਸੋ, ਬਿਕੋਜ਼ ਤੁਹਾਡੀ ਇੰਨੀ ਲੰਬੀ ਹਿਸਟਰੀ ਹੈਗੀ, ਤੁਸੀਂ ਜੁੜੇ ਹੋ ਇੰਨੇ ਲੰਬੇ ਸਮੇਂ ਤੋਂ, ਤੁਹਾਡੇ ਇਸ ਜਰਨੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਸੰਸਥਾ ਨੂੰ ਗਰੋ ਹੁੰਦੇ ਹੋਏ ਦੇਖਿਆ, ਅਤੇ ਕੀ ਵੱਡੇ ਵੱਡੇ ਮਾਈਲਸਟੋਨਸ ਤੁਸੀਂ ਦੇਖੇ ਕਿ ਸੰਸਥਾ ਨੇ ਅਚੀਵ ਕੀਤੇ ਇੰਨੇ ਸਾਲਾਂ ਦੇ ਵਿੱਚ?
ਸਭ ਤੋਂ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਮਾਈਨੋਰਿਟੀਜ਼ ਨੇ ਜੇ ਸਰਵਾਈਵ ਕਰਨਾ ਹੈ ਜਾਂ ਅੱਗੇ ਵਧਣਾ, ਉਹਦੇ ਜਿਹੜੀ ਸਭ ਤੋਂ ਪਹਿਲੀ ਪੌੜੀ ਦਾ ਹੈ, ਪਹਿਲਾ ਸਟੈਪ ਹੈ, ਉਹ ਵਿੱਦਿਆ ਹੀ ਹੈ। ਯਹੂਦੀਆਂ ਦੀ ਜਿਹੜੀ ਹਿਸਟਰੀ ਆ ਸਾਨੂੰ ਦਰਸਾਉਂਦੀ ਹੈ ਇਸ ਗੱਲ ਨੂੰ ਕਿ ਵਿੱਦਿਆ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਖਾਸ ਕਰਕੇ ਇਹਨਾਂ ਨੇ ਉਹਨਾਂ ਨੂੰ ਅਡੋਪਟ ਕੀਤਾ ਹੈ। ਕੋਈ ਸ਼ਹਿਰਾਂ ਵਿੱਚ ਤਾਂ ਐਜੂਕੇਸ਼ਨ ਕਾਫੀ ਸਕੂਲ ਨੇ, ਸਰਕਾਰੀ ਪ੍ਰਾਈਵੇਟ ਕਾਲਜ ਵੀ ਨੇ, ਤੇ ਜੋ ਉਹਦਾ ਮਤਲਬ ਅਸਰ ਹੋਇਆ ਪਿੰਡਾਂ ਦੇ ਵਿੱਚ ਉਸ ਸਮਾਜਿਕ ਜੀਵਨ ਤੇ, ਉਹ ਵੀ ਪੁਲਿਸ ਦੀਆਂ ਇੰਟੈਲੀਜੈਂਸ ਦੀ ਰਿਪੋਰਟਾਂ ਵਿੱਚ ਬੋਲਦਾ ਹੈ, ਨਸ਼ੇ ਘਟੇ ਨੇ, ਧਰਮ ਦਾ ਪ੍ਰਚਾਰ ਹੋਇਆ, ਸਿੱਖੀ ਦਾ ਪ੍ਰਚਾਰ ਹੋਇਆ, ਤੇ ਵਿੱਦਿਆ ਵਿੱਚ ਤਾਂ ਇਹ ਮਤਲਬ ਕਾਫੀ ਇਹਦਾ ਨਾਂ ਬਣਿਆ। ਅੱਜ ਇੰਡੀਆ ਵਿੱਚ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਤੇ ਬਣਿਆ ਹੈਗਾ। ਜੇ ਮੈਂ ਇੰਡੀਆ ਦੀ ਗੱਲ ਕਰਾਂ, ਸਾਊਥ ਇੰਡੀਆ ਚੋਂ ਕੁਛ ਪ੍ਰਾਈਵੇਟ ਸਕੂਲਾਂ ਨੇ, ਇੱਕ ਉਹਨੇ ਅਪਰੋਚ ਕੀਤਾ ਸੀਗਾ ਬੜੂ ਸਾਹਿਬ ਨੂੰ ਵੀ ਤੁਸੀਂ ਸਾਡੇ ਸਕੂਲ ਸੰਭਾਲੋ, ਤੁਸੀਂ ਚਲਾਓ, ਸਾਥੋਂ ਨਹੀਂ ਚੱਲਦੇ। ਇਹ ਹਾਂਜੀ ਮਾਡਲ ਇੰਨਾ ਮਤਲਬ ਉੱਭਰ ਕੇ ਆਇਆ, ਖਾਸ ਕਰਕੇ ਇੱਕ ਵਾਰੀ ਮੈਨੂੰ ਯਾਦ ਹੈ TN ਦਾ ਜਿਹੜੇ ਆਪਣੇ ਇੱਥੇ ਐਮਬੈਸੀ ਵੀ ਰਹੇ ਨੇ ਅਮਰੀਕਾ ਵਿੱਚ ਇੰਡੀਆ ਦੇ, ਉਹਨਾਂ ਦਾ ਫਾਰਮ ਆ ਬੜੂ ਸਾਹਿਬ ਦੇ ਨੇੜੇ, ਉਹ ਇੱਕ ਵਾਰੀ ਉੱਥੇ ਵਿਜ਼ਿਟ ਤੇ ਚਲੇ ਗਏ ਤੇ ਕੁਛ ਮਹੀਨੇ ਬਾਅਦ ਦੁਬਾਰਾ ਆਪਦੇ ਮੈਂ ਦੋਹਤਿਆਂ ਨੂੰ ਜਾਂ ਪੋਤਿਆਂ ਨੂੰ ਲੈ ਕੇ ਆਏ, ਛੋਟੇ ਛੋਟਿਆਂ ਨੂੰ, ਉਹਨਾਂ ਨੂੰ ਸਾਰਾ ਦਿਖਾਇਆ, ਸਭ ਦੀ ਸੰਸਥਾ ਦਿਖਾਈ, ਕੀ ਡਿਸਿਪਲਿਨ ਦਾ, ਕਿਵੇਂ ਉਹਨਾਂ ਦਾ ਸਾਰਾ ਸਵੇਰ ਤੋਂ ਲੈ ਕੇ ਕੰਮ ਕੀ ਪ੍ਰੋਗਰਾਮ ਹੁੰਦਾ। ਟੂਰ ਲੈਣ ਤੋਂ ਬਾਅਦ ਬੱਚਿਆਂ ਨੂੰ ਦੋਨਾਂ ਨੂੰ ਇਹ ਦੱਸਦੇ ਨੇ ਜੇ ਇੱਥੇ 2 ਸਾਲ ਲਾ ਲਓਗੇ ਤਾਂ ਬੰਦੇ ਬਣ ਜਾਓਗੇ। ਵਾਹ ਉਸ ਟੂਰ ਤੋਂ ਬਾਅਦ ਉਹਨਾਂ ਨੇ ਇੱਕ ਟ੍ਰਿਬਿਊਨ ਆਪਣੇ ਟ੍ਰਿਬਿਊਨ ਵਿੱਚ ਆਰਟੀਕਲ ਲਿਖਿਆ ਸੀ, ਇੱਕ ਪਹਿਲਾ ਪੌਣੇ ਪੇਜ ਦਾ ਆਰਟੀਕਲ ਸੀ, ਨਿਚੋੜੇ ਸੀ ਜੇ ਇੰਡੀਆ ਨੇ ਤਰੱਕੀ ਕਰਨੀ ਹੈ ਸਾਰੇ ਇੰਡੀਆ ਚ ਇਹੋ ਜਿਹੇ ਸਕੂਲ, ਇਸ ਮਾਡਲ ਦੇ ਸਕੂਲ ਇੰਡੀਆ ਨੂੰ ਖੋਲ ਦੇਣੇ ਚਾਹੀਦੇ ਆ। ਜੀ ਬਾਕੀ ਹੋਰ ਫੀਲਡ ਦੇ ਵਿੱਚ ਵੀ ਜਿਵੇਂ ਸੋਲਰ ਪਾਵਰ ਦਾ ਅੱਜ ਕੱਲ੍ਹ ਚੱਲ ਰਿਹਾ ਹੈਗਾ, ਉਹਦੇ ਵਿੱਚ ਵੀ ਬੜੂ ਸਾਹਿਬ ਨੇ ਕਾਫੀ ਇਸ ਵਿੱਚ ਕੰਮ ਕੀਤਾ ਤੇ ਬੜੂ ਸਾਹਿਬ ਨੂੰ ਸਨਮਾਨਿਆ ਵੀ ਗਿਆ, ਸਨਮਾਨਿਤ ਵੀ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ। ਤੇ ਬਾਕੀ ਕਿਸਾਨਾਂ ਦਾ ਜਿਵੇਂ ਤੁਸੀਂ ਦੱਸ ਰਹੇ ਸੀਗੇ, ਕਿਸਾਨਾਂ ਦੇ ਵਿੱਚ ਜਦੋਂ ਵੀ ਕਿਸੇ ਤਰ੍ਹਾਂ ਦਾ ਕ੍ਰਾਈਸਿਸ ਹੁੰਦਾ ਹੈ ਬੜੂ ਸਾਹਿਬ ਉਹਨਾਂ ਦੇ ਜੋ ਵੀ ਹੈਲਪ ਕਰ ਸਕਦਾ ਦੇ ਵਿੱਚ ਹਮੇਸ਼ਾ ਆਪਣੇ ਆਪ ਹੀ ਅੱਗੇ ਆਉਂਦੇ ਨੇ, ਕਹਿਣਾ ਵੀ ਨਹੀਂ ਪੈਂਦਾ। ਪਿਛਲੇ 5-7 ਸਾਲ ਚ ਜਿਹੜੇ ਕਿਸਾਨ ਸੁਸਾਇਡ ਕਰ ਰਹੇ ਸੀ ਉਹਨਾਂ ਦੇ ਬੱਚਿਆਂ ਨੂੰ ਪਿੰਡਾਂ ਚੋਂ ਲੱਭ ਲੱਭ ਕੇ ਸਕੂਲਾਂ ਦੇ ਵਿੱਚ ਆਫਰ ਕੀਤਾ ਗਿਆ ਜੀ, ਅਸੀਂ ਮੁਫ਼ਤ ਪੜ੍ਹਾਵਾਂਗੇ। ਹੁਣ ਬਾਰਡਰ ਦੇ ਉੱਤੇ ਜਿਹੜੇ ਲੋਕ ਕਿਸਾਨ ਬੈਠੇ ਨੇ ਮੋਰਚੇ ਵਿੱਚ ਲੱਗੇ ਹੋਏ ਨੇ, ਜਿਹੜੇ ਉੱਥੇ ਕਿਸਾਨ ਸ਼ਹੀਦ ਹੋਏ ਨੇ, ਉੱਥੇ ਸਟੇਜ ਤੋਂ ਅਨਾਊਂਸ ਕਰਵਾਇਆ ਗਿਆ ਉਹਨਾਂ ਦੇ ਬੱਚਿਆਂ ਨੂੰ ਬੜੂ ਸਾਹਿਬ ਮੁਫ਼ਤ ਪੜ੍ਹਾਏਗਾ। ਪੜ੍ਹਾਏਗਾ ਹੀ ਨਹੀਂ, ਸਿਰਫ ਜਿਹੜੇ ਉਹਨਾਂ ਦੇ ਪਰਿਵਾਰ 'ਚ ਕੋਈ ਕੁਆਲੀਫਾਈ ਕਰਦਾ ਨੌਕਰੀ ਲਈ, ਬੜੂ ਸਾਹਿਬ ਦੇ ਵਿੱਚ ਪੋਸਟ ਨਿਕਲਦੀ ਆ ਜੀ, ਉਹਦੇ ਲਈ ਵੀ ਨੌਕਰੀ ਦਿੱਤੀ ਜਾਏਗੀ, ਪਰ ਉਹਦੇ ਵਿੱਚ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਐਲੀਜੀਬਲ ਹੋਣਾ ਚਾਹੀਦਾ। ਅਤੇ ਇਸ ਤਰ੍ਹਾਂ ਬੜੂ ਸਾਹਿਬ ਦਾ ਹਰ ਪਾਸੇ ਅਸੀਂ ਅੱਜ ਕੱਲ੍ਹ ਅਸਰ ਦੇਖ ਰਹੇ ਹਾਂ, ਬਾਹਰਲੇ ਮੁਲਕਾਂ ਵਿੱਚ ਵੀ ਇਹਦਾ ਪ੍ਰਚਾਰ ਹੋਇਆ ਜੀ ਜੀ ਆਪਣੇ ਹਾਰਵਰਡ ਦੇ ਵਿੱਚ, ਇਹ ਜਿਵੇਂ ਉੱਥੇ ਜਿਹੜਾ ਮਾਡਲ ਜਿਹੜਾ ਹੈਗਾ ਹਾਰਵਰਡ ਦੀ ਯੂਨੀਵਰਸਿਟੀ ਨੇ ਆਪਦੀ ਵੈਬਸਾਈਟ ਤੇ ਪਾਇਆ ਹੈ ਇਸ ਨੂੰ ਜੀ ਜੀ 6-7 ਡਾਲਰ ਦਾ ਜਿਹੜਾ ਬੜਾ ਦਾ ਸਕੂਲਾਂ ਦਾ ਮਾਡਲ ਹੈ, ਛੇ ਸੱਤ ਡਾਲਰ ਦਾ ਵੇਚ ਰਹੇ ਨੇ ਉਹ ਵੈਬਸਾਈਟ ਤੇ ਆਪਦੇ। ਇਸ ਤਰ੍ਹਾਂ ਕਾਫੀ ਇਹਦਾ ਅਸਰ ਹੈਗਾ ਪੰਜਾਬ ਦੇ ਵਿੱਚ, ਨਹੀਂ ਬਾਹਰਲੇ ਮੁਲਕਾਂ ਵਿੱਚ ਵੀ ਨੋਟਿਸ ਕੀਤਾ ਗਿਆ ਜੀ। ਆਮ ਸੋ ਗਲੈਡ ਗੁਰਚਰਨ ਸਿੰਘ ਜੀ ਤੁਸੀਂ ਇਹ ਮੈਂਸ਼ਨ ਕੀਤਾ, ਬਿਕੋਜ਼ ਇਹ ਸੰਸਥਾ ਦੀ ਹਮੇਸ਼ਾ ਮੈਂ ਕਵਾਂਗੀ ਐਟ ਦ ਕੋਰ ਆਫ ਇਟਸ ਫਾਊਂਡੇਸ਼ਨ ਉਹ ਐਜੂਕੇਸ਼ਨ ਦਾ ਮਾਡਲ ਰਿਹਾ ਹੈ। ਐਂਡ ਅੱਜ ਦੀ ਡੇਟ ਦੇ ਵਿੱਚ ਜਿੱਥੇ ਸਾਡਾ ਮਤਲਬ ਸਾਡੀ ਗੱਲ ਭਾਵੇਂ ਉਹ ਕਿਸਾਨੀ ਦੀ ਹੋਏ, ਉਨ ਬੱਚਿਆਂ ਦੀ ਹੋਏ ਜੋ ਸਭ ਤੋਂ ਲੋੜਵੰਦ ਹਨ, ਸਾਨੂੰ ਇੱਥੇ ਇਹ ਨਹੀਂ ਇਹ ਚੀਜ਼ ਜ਼ਰੂਰ ਯਾਦ ਰੱਖਣੀ ਚਾਹੀਦੀ ਕਿ ਜੋ ਇਹ ਐਜੂਕੇਸ਼ਨ ਮਾਡਲ ਹੈਗਾ ਇਟਸ ਟੌਪ ਆਫ ਦ ਲਾਈਨ। ਆਈ ਮੀਨ ਜੋ ਸਟੈਂਡਰਡਸ ਕੁਆਲਿਟੀ ਦੇ ਸਟੈਂਡਰਡਸ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਗਿਆ, ਜਿਸ ਤਰ੍ਹਾਂ ਤੁਸੀਂ ਕਿਹਾ ਯੂਨਾਈਟਿਡ ਸਟੇਟਸ ਦੀ ਸਭ ਤੋਂ ਪੁਰਾਣੀ ਅਤੇ ਪ੍ਰੈਸਟੀਜੀਅਸ ਆਈਵੀ ਲੀਗ ਇੰਸਟੀਟਿਊਸ਼ਨ ਹਾਰਵਰਡ ਯੂਨੀਵਰਸਿਟੀ ਤੱਕ ਇਸ ਚੀਜ਼ ਨੂੰ ਰੈਕਮੈਂਡ ਕਰਦੀ ਹੈ, ਅੱਗੇ ਅੱਗੇ ਸ਼ੇਅਰ ਕਰਦੀ ਹੈ, ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਆਪਣੀ ਵੈਬਸਾਈਟ ਤੱਕ 'ਤੇ ਲਿਸਟ ਕੀਤਾ ਹੋਇਆ ਇਸ ਮਾਡਲ ਨੂੰ। ਆਈ ਐਮ ਸੋ ਗਲੈਡ ਗੁਰਚਰਨ ਸਿੰਘ ਜੀ ਤੁਸੀਂ ਇਹ ਚੀਜ਼ ਸਾਡੇ ਨਾਲ ਸ਼ੇਅਰ ਕੀਤੀ। ਇਸ ਤਰ੍ਹਾਂ ਮੈਂ ਥੋੜ੍ਹੀ ਜਿਹੀ ਹੋਰ ਬੈਕਗਰਾਊਂਡ ਲੈਣਾ ਚਾਹਾਂਗੀ ਸੰਸਥਾ ਬਾਰੇ, ਭਾਵੇਂ ਉਹ ਡਾਕਟਰ ਖੇਮ ਸਿੰਘ ਜੀ ਹੋਣ ਜਾਂ ਬਾਬਾ ਇਕਬਾਲ ਜੀ ਦੇ ਆਪ ਦਾ ਵਿਜ਼ਨ, ਅਤੇ ਉਹਨਾਂ ਦਾ ਕੀ ਲਗਾਵ ਕਿਸਾਨੀ ਦੇ ਨਾਲ ਰਿਹਾ ਹੈ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਪੈਨਲਿਸਟ ਅਤੇ ਵਿਊਅਰਸ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ, ਕਨਵਰਸੇਸ਼ਨ ਇਸ ਤਰ੍ਹਾਂ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ।
ब्रेक तो बाद सारे का स्वागत तुम वेख रहे हो साडा स्पैशल प्रोग्राम संस्था बड़ू साहब कलगी दे ट्रस्ट दे नाल जुड़ के ना कि सिर्फ उन्होंने अज की काम हो रहे हैं कि चैलेंजेस वो ओवरकम कर रहे एक डेली बेसिस पर बट की हिस्ट्री है इस संस्था की तो इस उन फाउंडर्स की जिन्हों के विजन के उत्ते संस्था खड़ी हुई है तो कम अज जारी चल रहा है। साढ़े नाल जुड़े हैं पैनलिस्ट सेवादार संस्था के मिशन नू अगे लैके जा रहे हैं गुरचरण सिंह जी न्यूयॉर्क तो थैंक यू फॉर जॉइनिंग अस। तुसीं इस संस्था दे नाल इन्ने पुराने समय तो डेकेड्स दे तुहाडा रिलेशनशिप रहा है ते ऑफ कोर्स रविदीप कौर मुक्ता जी ते जसपाल सिंह जी सारियां नूं एक बारी फिर स्वागत। गुरचरण सिंह जी तुसीं ब्रेक तो पहले सानूं दस रहे सी कि ये जो संस्था है दो चीज़ां इत्थे अज सानूं जरूर यू नो रिमाइंड करानी चाहिए है सारे व्यूअर्स नूं कि इस संस्था दे जो रूट्स हन ओ किसानी दे विच किन्ने पुराने समय तो जुड़े हुए हैं। अज सारे लिए किसानी मुद्दा बहुत वड्डे लेवल ते प्ले आउट हो रहा है बट ये संस्था तो पुराने तो ये मुद्दा चुक के इहदे ते काम कर रही है। तो दूजी चीज़ कि जिते एजुकेशन की गल आती है इट्स नॉट इनफ कि तुसी पिंडा दे विच स्कूल पा रहे हो या हायर एजुकेशन दी इंस्टीट्यूशनस खड़ी कीतियां हुई हैं बट किस स्टैंडर्ड दे नाल ऑपरेट कर रही हैं मतलब इन्नी हाई क्वालिटी एजुकेशन प्रोवाइड हो रही है कि हार्वर्ड यूनिवर्सिटी तक उस मॉडल नूं अगे रेकमेंड कर दी है उन्हें अपनाउण लई कहिंदी है। जसपाल सिंह जी मैं थोड़ी जी इस संस्था की हिस्टरी बारे थोड़े तो हुण पुछना चाहवांगी कि जो साड़ी गल हुंदी है कि इहदी रूट्स किस टीचे दे विच जुड़ियां हुई हैं भावें वह किसानी का मुद्दा होए जिहदे ते अज सारिआं दा फोकस हैगा उहदे बारे तुसीं सानूं की दस सकदे हो जो फाउंडर्स हैगे संस्था दे उहनां दा की मिशन ते उहनां दा की लगाव सीगा किसानी दे नाल। जसपाल सिंह जी वाहिगुरू जी खालसा वाहिगुरू जी फतेह। अशमिता जी अशमिता जी पहली गल तो यह है कि जिहड़े ने फाउंडर होए ने बाबा तेजा सिंह जी ने इस संस्था नूं एस्टैबलिश कीता सी और जिहड़ी पंज मैंबर सब तो पहले जिहड़े पंज मैंबर सी ओह यूनिवर्सिटी एग्रीकल्चर यूनिवर्सिटी के स्टूडेंट सीगे एग्रीकल्चर यूनिवर्सिटी तो एज ए स्टूडेंट लाइफ तो वह संत तेजा सिंह जी के नाल जुड़े सी तो उस तो बाद बाबा कौल सिंह जी जिन्होंने मास्टर्स डिग्री की एग्रीकल्चर के डायरेक्टर ऑफ एग्रीकल्चर रिटायर हुए हिमाचल प्रदेश के डॉक्टर खेम सिंह जी जिहड़े के वाइस चांसलर रिटायर हुए एग्रीकल्चर यूनिवर्सिटी लुधियाणा के ते होर भी जिहड़ियां पतवंते सज्जन सीगे उह सारयां ने मतलब कि रल मिल के इस संस्था नूं अगे लैके जाणा शुरू कीता और उहनां दे इह सारे जिहड़े हैगे सी पिंडां चों आए हुए सी उह पर उह बंदे सी जिहड़े पिंडां दे विचों कोई कोई जो स्टूडेंट्स होंगे ने जो अगे लंघ के उन्होंने मतलब कि एजुकेशन हासिल करने का मौका मिलया तो उन्होंने ये चीज की बड़ी रियलाइजेशन सी आपके माइंड के भी पिंडां दे बच्चों एजुकेशन दे विच सक्सेसफुल होना कितना डिफिकल्ट है और उस नू इन्होंने शुरू तो मतलब के मुद्दे नजर रखते हुए पहला बड़ू साहब का स्कूल एस्टैबलिश किया फिर मुक्तसर साहब का होया उस तो बाद जिन्नियां भी अकैडमियां खोलियां गई सारियां पिंडां दे कोर पिंडां दे विच जाके खोलियां गई कोई भी जिहड़ी अकैडमी हैगी है वह मतलब शहर च नहीं खोली गई। उहदा मेन कारण यह सी कि जिहड़ी जे असीं पिंडां दे विचों बच्चों नू इस एजुकेशन के लैवल से लैके जाना है तो वी मस्ट प्रोवाइड दम हाई लैवल एजुकेशन जी है पिंडों के मतलब के लैके आनी है जी। सो इस करके पहले दिन तो ही संस्था जी है वह योगदान किसानों के लिए पिंड ही रहा ठीक है ना जी। आप देखो देखा जाए फंडरेजिंग तो बंबे तो भी होंगी सी फंडरेजिंग दिल्ली तो भी होंगी सी फंडरेजिंग इतों इंडिया अमेरिका तो कनेडा तो सब तो होंगी रही है पर अल्टीमेटली जाके जो बेनीफिशरी है वह पिंडा के लोग ही सी सा ठीक है जी। उन्होंने सस्ते रेट के मतलब कि बहुत फ्री कई फ्री डिपेंडिंग ऑन और जे बाकी रह भी जे अफोर्ड कर सकते उन्होंने भी मतलब कि घट रेट हाई क्लास एजुकेशन जी कद शिमले के स्कूलों के डलहौजी के स्कूलों के अवेलेबल से वह एजुकेशन पिंडा के जाके बाबा जी ने प्रोवाइड की और एजुकेशन इन्नी टॉप क्लास सी। आई वाज सरप्राइज कि मैं जो पटियाला के नेड़े एक अकैडमी हैगी है उत्थे मैं गया तो एक्चुअली मैं पटियाला के शहर के लोगों तो सुनया भी साडे पटियाला शहर तो पटियाला इज हब पंजाब की एजुकेशन की हब है जिथे कि हाईएस्ट स्टैंडर्ड के स्कूल है ठीक है ना जी। और उत्थों 15 किलोमीटर पिंड की अकैडमी के बच्चे जिहड़े हैगे ने पटियाला तो बसा भर के 400 बच्चा अशमिता जी पटियाला शहर के पिंड दी अकैडमी जाता बलवेड़ा की अकैडमी उत्थे नेड़े हैगी है
ਆਪਣਾ ਇੱਕ ਹੋਰ ਮੈਨੂੰ ਅਕੈਡਮੀ ਦਾ ਨਾਮ ਯਾਦ ਨਹੀਂ ਆ ਰਿਹਾ, ਜਿਹੜੀ ਉਹਦੇ ਨੇੜੇ ਹੈਗੀ ਹੈ ਪਟਿਆਲੇ ਦੀ, ਬੜੀ ਮਸ਼ਹੂਰ ਹੈਗੀ ਆ, ਉਹਨਾਂ ਅਕੈਡਮੀਆਂ ਦੇ ਵਿੱਚ ਸ਼ਹਿਰ ਦੇ ਵਿੱਚੋਂ, ਇਮੇਜਿਨ ਕਰੋ ਤੁਸੀਂ, ਮਤਲਬ ਇਹਦਾ ਮਤਲਬ ਦੇ ਮਸਟ ਹੈਵ ਦੋਜ਼ ਹਾਈ ਸਟੈਂਡਰਡਸ। ਪਿਛਲੇ 7 ਸਾਲਾਂ ਤੋਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜੇ ਫਸਟ, ਸੈਕੰਡ ਐਂਡ ਥਰਡ ਪੋਜੀਸ਼ਨ ਆਪਣੀ ਅਕੈਡਮੀ ਦੇ ਬੱਚਿਆਂ ਨੇ ਅਚੀਵ ਕੀਤੀਆਂ ਨੇ। ਅਮੇਜ਼ਿੰਗ। ਔਰ ਕੋਈ ਉੱਥੇ ਟਿਊਸ਼ਨ ਨਹੀਂ ਪਿੰਡਾਂ ਦੇ ਬੱਚਿਆਂ ਨੂੰ, ਅਕੈਡਮੀਜ਼ ਦੇ ਵਿੱਚ ਮਤਲਬ ਕਿ ਉੱਥੇ ਹੀ ਪੜ੍ਹਾਇਆ ਜਾਂਦਾ, ਉੱਥੇ ਉਹਨਾਂ ਦਾ ਹੋਮਵਰਕ ਕਰਾਇਆ ਜਾਂਦਾ, ਉੱਥੇ ਉਹ ਬੱਚੇ ਖੇਡਣ ਦਾ ਇੰਤਜ਼ਾਮ ਕੀਤਾ ਜਾਂਦਾ, ਬੱਚੇ ਖਾਲੀ ਹੱਥ ਘਰੋਂ ਜਾਂਦੇ ਨੇ, ਖਾਲੀ ਹੱਥ ਵਾਪਸ ਆਉਂਦੇ ਨੇ, ਠੀਕ ਹੈ ਨਾ ਜੀ। ਸ਼ਹਿਰਾਂ ਦੇ ਬੱਚੇ ਤਾਂ ਟਿਊਸ਼ਨਾਂ ਵੀ ਲਾਉਂਦੇ ਨੇ, ਹੋਰ ਵੀ ਮਤਲਬ ਇੰਨੀ ਮਿਹਨਤ ਕਰਦੇ ਨੇ। ਸੋ ਇਸ ਕਰਕੇ ਮਤਲਬ ਜੋ ਬੈਨੀਫਿਟ ਹੋਇਆ ਅਲਟੀਮੇਟਲੀ, ਉਹ ਸਾਡੇ ਪਿੰਡਾਂ ਦੇ ਕਿਸਾਨਾਂ ਦੇ ਮਤਲਬ ਦੇ ਮੁੱਦੇ ਨੂੰ, ਤੇ ਹੁਣ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਜੀ, ਦੇਰ ਇਜ਼ ਨੋ ਅਦਰ ਆਲਟਰਨੇਟਿਵ। ਜੇ ਅਸੀਂ ਪਿੰਡਾਂ ਦੇ ਲੋਕਾਂ ਨੂੰ ਸਕਸੈਸਫੁਲ ਕਰਨਾ, ਜੇ ਅਸੀਂ ਸਾਰੇ ਉਹਨਾਂ ਦੀ ਰੀਅਲ ਹੈਲਪ ਕਰਨੀ ਚਾਹੁੰਦੇ ਹਾਂ, ਦੇਰ ਇਜ਼ ਓਨਲੀ ਵਨ ਵੇ, ਗੈਟ ਦਮ ਐਜੂਕੇਟਡ। ਬਿਲਕੁਲ ਐਜੂਕੇਟਡ, ਬਿਲਕੁਲ, ਐਬਸੋਲੂਟਲੀ ਜਸਪਾਲ ਸਿੰਘ ਜੀ, ਐਂਡ ਆਮ ਸੋ ਗਲੈਡ ਤੁਸੀਂ ਇਹ ਮੈਂਸ਼ਨ ਕੀਤਾ ਕਿ ਇਹ ਜੋ ਬੱਚੇ ਹਨ ਇਹਨਾਂ ਨੂੰ, ਬਿਕੋਜ਼ ਯੂ ਨੋ ਇੰਡੀਆ ਦੇ ਵਿੱਚ ਇਹ ਗੱਲ ਬਹੁਤ ਵੱਡੇ ਲੈਵਲ 'ਤੇ ਪਲੇ ਆਊਟ ਹੁੰਦੀ ਹੈ, ਬਟ ਜਦੋਂ ਅਬਰੋਡ ਲੋਕ ਆ ਕੇ ਸੈਟਲ ਹੋ ਜਾਂਦੇ, ਯੂ ਨੋ ਸਮਟਾਈਮਸ ਦੇ ਫਰਗੈਟ, ਰਾਈਟ? ਇੱਥੇ ਤਾਂ ਲੋਕਾਂ ਨੂੰ ਆਦਤ ਹੈ ਪਬਲਿਕ ਸਕੂਲ ਦੀ ਐਂਡ ਪ੍ਰਾਈਵੇਟ ਸਕੂਲ ਦੀ, ਮਤਲਬ ਇੱਥੇ ਸਟੈਂਡਰਡਸ ਵੱਖਰੇ ਹੈ, ਬਟ ਇੰਡੀਆ ਦੇ ਵਿੱਚ ਇਹ ਚੀਜ਼ ਕਿੰਨੀ ਮਾਇਨੇ ਰੱਖਦੀ ਹੈ ਕਿ ਸ਼ਹਿਰਾਂ ਦੇ ਸਕੂਲ ਤੋਂ ਛੱਡ ਕੇ ਪਿੰਡਾਂ ਦੇ ਸਕੂਲ ਜਾ ਰਹੇ ਆ ਬੱਚੇ, ਉਹ ਵੀ ਪਟਿਆਲਾ ਤੋਂ, ਜਿੱਥੇ ਦੇ ਹੈਵ ਹਾਈ ਕਲਾਸ ਐਜੂਕੇਸ਼ਨ। ਜਸਟ ਟੂ ਗਿਵ ਐਨ ਐਗਜ਼ਾਮਪਲ ਆਫ ਕਿਸ ਲੈਵਲ ਦੀ ਪੜ੍ਹਾਈ ਲਿਖਾਈ ਉਹਨਾਂ ਨੂੰ ਉੱਥੇ ਅਵੇਲੇਬਲ ਮਿਲ ਰਹੀ ਹੈ, ਪਿੰਡਾਂ ਦੇ ਵਿੱਚ ਮਿਲ ਰਹੀ ਹੈ। ਐਂਡ ਆਈ ਥਿੰਕ ਜਦੋਂ ਅਪਲਿਫਟਮੈਂਟ ਦੀ ਗੱਲ ਆਉਂਦੀ ਹੈ, ਯੂ ਨੋ ਦੇ ਓਲਵੇਜ਼ ਸੇ ਇਫ ਯੂ ਕੈਨ ਅਪਲਿਫਟ ਜੋ ਤੁਹਾਡੀ ਕਿਸੇ ਵੀ ਸੁਸਾਇਟੀ ਦੇ ਵੀਕੈਸਟ ਮੈਂਬਰਸ ਹਨ, ਤੁਸੀਂ ਪੂਰੀ ਸੁਸਾਇਟੀ ਨੂੰ ਅਪਲਿਫਟ ਕਰ ਸਕਦੇ ਹੋ। ਤੁਸੀਂ ਆਪਣੇ ਪਿੰਡਾਂ ਦੀ ਕਮਿਊਨਿਟੀਜ਼ ਨੂੰ, ਬੱਚਿਆਂ ਨੂੰ, ਖਾਸ ਕਰਕੇ ਔਰਤਾਂ ਨੂੰ, ਬੱਚਿਆਂ ਨੂੰ ਪੜ੍ਹਾਓਗੇ ਅਤੇ ਪੂਰੀ ਉਹ ਕਮਿਊਨਿਟੀ ਵਾਈਡ ਉਹਦਾ ਰਿਪਲ ਇਫੈਕਟ ਵੇਖਣ ਨੂੰ ਮਿਲੇਗਾ ਕਿ ਅਗਲੀ ਜਨਰੇਸ਼ਨ ਕਿਸ ਤਰ੍ਹਾਂ ਹੋਰ ਸਫਲ ਹੋ ਸਕਦੀ ਹੈ, ਕੀ ਚੇਂਜਿਸ ਲੈ ਕੇ ਆ ਸਕਦੇ ਹੈ, ਪ੍ਰੋਗਰੈਸ ਲੈ ਕੇ ਆ ਸਕਦੇ ਹੈ, ਯੂ ਨੋ। ਐਂਡ ਇਹ ਜੋ ਐਜੂਕੇਸ਼ਨ ਹੈਗੀ, ਇਹਦੀ ਯੂ ਨੋ ਭਾਵੇਂ ਉਹ ਸਬਸਿਡਾਈਜ਼ਡ ਹੋਏ, ਕੰਪਲੀਟਲੀ ਫਰੀ ਹੋਏ, ਜਾਂ ਕੁਛ ਸਮਾਲ ਅਮਾਊਂਟ ਉਹਨਾਂ ਨੂੰ ਫੀਸਾਂ ਦੇਣੀਆਂ ਪੈਂਦੀਆਂ, ਇਟਸ ਨਾਟ ਦ ਕਾਇੰਡ ਆਫ ਐਜੂਕੇਸ਼ਨ ਜਿਹਦੇ ਉੱਤੇ ਇਹ ਪਰਿਵਾਰ, ਮਤਲਬ ਉਹਨਾਂ 'ਤੇ ਫਾਈਨੈਂਸ਼ੀਅਲ ਬੋਝ ਪੈ ਰਿਹਾ, ਰਾਈਟ? ਖਾਸ ਕਰਕੇ ਪਿੰਡਾਂ ਦੇ ਜੋ ਪਰਿਵਾਰ ਹਨ, ਖਾਸ ਕਰਕੇ ਕਿਸਾਨ ਪਰਿਵਾਰ, ਜਿੱਥੇ ਸਾਨੂੰ ਸੁਣਨ ਨੂੰ ਮਿਲਦਾ ਹੈ ਕਿਸਾਨਾਂ 'ਤੇ ਕਿੰਨਾ ਆਲਰੇਡੀ ਫਾਈਨੈਂਸ਼ੀਅਲ ਸਟ੍ਰੇਨ ਹੈ, ਉਹ ਡੈਟ ਦੇ ਥੱਲੇ ਡੁੱਬੇ ਹੋਏ ਹੈ, ਯੂ ਨੋ ਖੁਦਕੁਸ਼ੀਆਂ ਕਰਨ ਜੋਗੇ ਬਣ ਜਾਂਦੇ ਹੈ, ਅਤੇ ਉਹਨਾਂ ਨੂੰ ਐਟਲੀਸਟ, ਕਮ ਸੇ ਕਮ ਐਟਲੀਸਟ ਇਹ ਤਾਂ ਉਹਨਾਂ ਦੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਤਾਂ ਪੜ੍ਹਾ ਸਕਦੇ ਹੋ ਵਿਦਆਊਟ ਟੇਕਿੰਗ ਆਨ ਐਡੀਸ਼ਨਲ ਫਾਈਨੈਂਸ਼ੀਅਲ ਸਟ੍ਰੇਨ, ਰਾਈਟ? ਐਂਡ ਮੈਂ ਇਹਦੇ ਬਾਰੇ ਵੀ ਹੋਰ ਗੱਲ ਕਰਨਾ ਚਾਹੁੰਦੀ ਹਾਂ, ਸਾਡੀ ਗੱਲ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲੇ ਹੋ ਰਹੀ ਸੀ ਗੁਰਚਰਨ ਸਿੰਘ ਜੀ ਤੁਹਾਡੇ ਨਾਲ ਵੀ, ਜਸਪਾਲ ਜੀ, ਮੁਕਤਾ ਜੀ, ਕਿ ਕਿਸ ਤਰ੍ਹਾਂ ਖੁਦਕੁਸ਼ੀਆਂ ਜਦੋਂ ਸੂਸਾਈਡਸ ਨੂੰ ਇੱਕ ਪਲੇਗ ਦੀ ਤਰ੍ਹਾਂ ਛੇੜ ਗਈਆਂ ਅਤੇ ਹਾਲੇ ਵੀ ਇਫੈਕਟ ਕਰ ਰਹੀਆਂ, ਉਸ ਚੀਜ਼ ਦੇ ਵਿੱਚ ਇਸ ਸੰਸਥਾ ਦਾ ਕਿੰਨੇ ਪੁਰਾਣੇ ਸਮੇਂ ਤੋਂ ਇੱਕ ਸਪੋਰਟ ਦਾ ਰੋਲ ਨਿਭਾ ਰਹੀ ਹੈ ਇਹ ਸੰਸਥਾ, ਅਤੇ ਨਾ ਕਿ ਸਿਰਫ ਜਦੋਂ ਸੂਸਾਈਡਸ ਦੀ ਵੇਵ ਆਈ ਸੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਤਦ ਵੀ, ਬਟ ਅਜੇ ਵੀ ਜਦੋਂ ਕਿਸਾਨ ਬਾਰਡਰਾਂ 'ਤੇ ਬੈਠੇ ਹੋਏ ਸ਼ਹੀਦ ਹੋ ਰਹੇ ਹੈ ਵੱਖ ਵੱਖ ਕਾਰਨਾਂ ਕਰਕੇ, ਉਹਨਾਂ ਦੇ ਵੀ ਪਰਿਵਾਰਾਂ ਨੂੰ ਸਪੋਰਟ ਪ੍ਰੋਵਾਈਡ ਕਰੀ ਹੈ ਸੰਸਥਾ। ਇਹਦੇ ਬਾਰੇ ਮੈਂ ਹੋਰ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹੁੰਦੀ। ਇੱਥੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਵਿਊਅਰਸ, ਤੁਸੀਂ ਵੀ ਸਾਡੇ ਨਾਲ ਜੁੜੇ ਰਹੋ, ਕਨਵਰਸੇਸ਼ਨ ਬਹੁਤ ਇੰਪੋਰਟੈਂਟ ਹੋ ਰਹੀ ਹੈ ਅਤੇ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਹਾਂ। ਗੱਲ ਹੋ ਰਹੀ ਹੈ ਬੜੂ ਸਾਹਿਬ ਕਲਗੀਧਰ ਸੰਸਥਾ ਦੇ ਵੱਖ ਵੱਖ ਸਪੋਰਟਰਸ, ਟੀਮ ਮੈਂਬਰਸ ਦੇ ਨਾਲ, ਅਤੇ ਕਿਸਾਨੀ ਦੀ ਅੱਜ ਆਪਾਂ ਡਿਸਕਸ਼ਨ ਕਰ ਰਹੇ ਹਾਂ ਕਿ ਕੀ ਲੈਗੇਸੀ ਰਹੀ ਹੈ ਇਸ ਸੰਸਥਾ ਦੀ ਕਿਸਾਨਾਂ ਨੂੰ ਸਪੋਰਟ ਕਰਨ ਦੀ, ਅਤੇ ਆਫਕੋਰਸ ਜੋ ਇਹਨਾਂ ਦਾ ਮੇਨ ਟੀਚਾ, ਇਹਨਾਂ ਦੀ ਫਾਊਂਡੇਸ਼ਨ ਐਜੂਕੇਸ਼ਨ 'ਤੇ ਬਣੀ ਹੋਈ ਹੈ, ਕਿਸ ਕੁਆਲਿਟੀ ਲੈਵਲ ਦੀ ਐਜੂਕੇਸ਼ਨ ਪ੍ਰੋਵਾਈਡ ਹੋ ਰਹੀ ਹੈ, ਅਤੇ ਸਾਨੂੰ ਇਹ ਸਾਰੀ ਜਾਣਕਾਰੀ ਦੇਣ ਲਈ ਸਾਡੇ ਪੈਨਲਿਸਟ ਅੱਜ ਸਾਡੇ ਨਾਲ ਜੁੜੇ ਹਨ। ਇੱਕ ਵਾਰੀ ਫਿਰ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਜਸਪਾਲ ਸਿੰਘ ਜੀ,
ਤੁਸੀਂ ਸਾਨੂੰ ਦੱਸਿਆ ਕਿ ਜਿੱਥੇ ਕੁਆਲਿਟੀ ਐਜੂਕੇਸ਼ਨ ਦੀ ਗੱਲ ਆਉਂਦੀ ਹੈ, ਆਈ ਮੀਨ ਇਹ ਹੈਰਾਨੀ ਦੀ ਗੱਲ ਹੈ, ਇੱਕ ਪਾਸੇ ਯੂ ਨੋ ਯੂਨਾਈਟਿਡ ਸਟੇਟਸ ਦੀ ਹਾਰਵਰਡ ਯੂਨੀਵਰਸਿਟੀ ਤੱਕ ਨੇ ਸਨਮਾਨਿਤ ਕੀਤਾ, ਰੈਕਗਨਾਈਜ਼ ਕੀਤਾ ਹੈ ਕਿ ਇਹ ਵੜੂ ਸਾਹਿਬ ਦਾ ਮਾਡਲ ਕਿੰਨਾ ਕੁ ਸਕਸੈਸਫੁਲ ਹੈ, ਬਟ ਦੂਜੇ ਪਾਸੇ ਜਿੱਥੇ ਤੁਸੀਂ ਸਾਨੂੰ ਦੱਸ ਰਹੇ ਸੀ ਪਟਿਆਲਾ ਜੋ ਕਿ ਇੱਕ ਹਾਈ ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ ਦਾ ਹੱਬ ਬਣਿਆ ਹੋਇਆ, ਉੱਥੋਂ ਵੀ ਬੱਚੇ ਪਟਿਆਲਾ ਛੱਡ ਕੇ ਸ਼ਹਿਰ ਛੱਡ ਕੇ ਪਿੰਡਾਂ ਦੇ ਵਿੱਚ ਜਾਂਦੇ ਹੈ ਇਸ ਸੰਸਥਾ ਦੀ ਅਕੈਡਮੀਜ਼ ਤੋਂ ਆਪਣੀ ਪੜ੍ਹਾਈ ਲਿਖਾਈ ਕਰਨ, ਕਿੰਨੀ ਵੱਡੀ ਗੱਲ ਹੈ। ਬਟ ਯੂ ਨੋ ਹੁਣ ਮੈਂ ਥੋੜ੍ਹੀ ਜਿਹੀ ਉਸ ਟੋਪਿਕ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਜੋ ਸਾਡੇ ਸਾਰਿਆਂ ਲਈ ਇੱਕ ਬਹੁਤ ਹੀ ਮੈਂ ਕਹਾਂਗੀ ਇਟਸ ਅ ਸੈਡ ਐਂਡ ਡਿਸਟਰਬਿੰਗ ਟੋਪਿਕ, ਬਟ ਅੱਜ ਸਾਨੂੰ ਸਾਰਿਆਂ ਨੂੰ ਇਸ ਚੀਜ਼ ਨੂੰ ਇੱਕ ਵਾਰੀ ਫਿਰ ਇਹਦੇ ਬਾਰੇ ਸੋਚਣਾ ਪੈ ਰਿਹਾ। ਕਿਸਾਨੀ ਮੁੱਦਾ ਇੰਨੇ ਵੱਡੇ ਲੈਵਲ 'ਤੇ ਪੂਰੀ ਦੁਨੀਆ ਵੇਖ ਰਹੀ ਹੈ ਕਿ ਕਿਸ ਤਰ੍ਹਾਂ ਇਹ ਪਲੇ ਆਊਟ ਹੋ ਰਿਹਾ, ਬਟ ਪੰਜਾਬ ਲਈ ਤਾਂ ਇਹ ਕਿੰਨੇ ਪੁਰਾਣੇ ਸਮੇਂ ਤੋਂ ਇਹ ਮੁੱਦਾ ਬਣਿਆ ਹੋਇਆ। ਉਨ ਪਰਿਵਾਰਾਂ ਲਈ ਜਿਨ੍ਹਾਂ ਨੇ ਆਪਣੇ ਹੈੱਡ ਆਫ ਹਾਊਸ ਹੋਲਡਸ, ਆਪਣੇ ਪੁੱਤ, ਆਪਣੇ ਬ੍ਰੈਡ ਵਿਨਰਸ, ਹਸਬੈਂਡ, ਸਨਸ, ਬ੍ਰਦਰਸ, ਉਹਨਾਂ ਨੂੰ ਖੁਦਕੁਸ਼ੀ ਦੇ ਵਿੱਚ ਗਵਾਇਆ ਹੈ ਬੋਝ ਕਰਕੇ, ਡੈਟ ਕਰਕੇ, ਉਹਨਾਂ ਦੀ ਸਪੋਰਟ ਕਿਸ ਤਰ੍ਹਾਂ ਸੰਸਥਾ ਕਰੀ ਹੈ। ਸਭ ਤੋਂ ਪਹਿਲੇ ਗੁਰਚਰਨ ਸਿੰਘ ਜੀ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਇਹ ਜੋ ਡੇਟਾ ਹੈ ਇਹ ਯੂ ਨੋ ਜਦੋਂ ਸਰਫਿਸ ਹੋਇਆ ਅਤੇ ਉਨ ਪਰਿਵਾਰਾਂ ਦੇ ਨਾਲ ਕਿਸ ਤਰ੍ਹਾਂ ਇਹ ਸੰਸਥਾ ਜੁੜੀ ਤੇ ਸਪੋਰਟ ਕੀਤੀ, ਗੁਰਚਰਨ ਸਿੰਘ ਜੀ ਤੁਸੀਂ ਥੋੜਾ ਜਿਹਾ ਹੋਰ ਸਾਨੂੰ ਇਹਦੇ ਬਾਰੇ ਪਲੀਜ਼ ਦੱਸੋ। ਜਿਹੜੇ ਕਿਸਾਨ ਸੁਸਾਈਡ ਕਰਕੇ ਸੀ ਉਹਨਾਂ ਦੇ ਬੱਚਿਆਂ ਲਈ ਜੀ, ਕਿਉਂਕਿ ਉਹਦੇ ਵਿੱਚ ਪੰਜਾਬ ਦੇ ਵਿੱਚ ਗਵਰਨਮੈਂਟ ਕੋਲ ਕੋਈ ਡਾਟਾ ਨਹੀਂ ਸੀ ਵੀ ਕਿਹੜੇ ਪਿੰਡ ਦੇ ਕਿਸਾਨ ਨੇ ਸੁਸਾਈਡ ਕੀਤਾ, ਨਾ ਉਹਨਾਂ ਕੋਲ ਨਾਂ ਸੀ ਨਾ ਪਿੰਡਾਂ ਦੀ ਲਿਸਟ ਸੀ ਤੇ ਸਾਨੂੰ ਕਿਸੇ ਇੰਦਰ ਸਿੰਘ ਜੇਜੀ ਤੋਂ ਕੋਈ ਇਹਦਾ ਡਾਟਾ ਮਿਲਿਆ ਸੀ ਕੁਛ ਜੀ, ਤੇ ਜਾਣੀ ਬੜੂ ਸਾਨੂੰ ਪਿੰਡਾਂ ਵਿੱਚ ਜਾ ਕੇ ਬੱਚਿਆਂ ਨੂੰ ਲੱਭਣਾ ਪਿਆ। ਤੇ ਇੱਥੋਂ ਤੁਸੀਂ ਇਸ ਗੱਲ ਨੂੰ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਇੰਟਰਸਟ ਲੈ ਕੇ ਬੱਟੂ ਸਾਹਿਬ ਨੇ ਇਸ ਕੰਮ ਨੂੰ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਜੀ ਕਿਸਾਨਾਂ ਦੇ ਬੱਚਿਆਂ ਲਈ ਜੀ। ਤੇ ਪਿੰਡਾਂ ਵਿੱਚ ਤਾਂ ਬੱਟੂ ਸਾਹਿਬ ਦਾ ਪਹਿਲਾਂ ਤੋਂ ਪ੍ਰਾਇਓਰਟੀ ਰਹੀ ਆ ਬਈ ਉਹ ਵਿੱਦਿਆ ਦਾ ਜਿਹੜਾ ਪ੍ਰਸਾਰ ਹੈ ਉਹ ਉੱਥੋਂ ਹੀ ਕੀਤਾ ਜਾਏਗਾ, ਸਾਰੇ ਇੰਸਟੀਟਿਊਸ਼ਨ ਜਿਹੜੇ ਹੈਗੇ ਆ ਅਕੈਡਮੀਆਂ ਪਿੰਡਾਂ ਵਿੱਚ ਹੀ ਹੋਣਗੀਆਂ ਜੀ। ਤੇ ਲਗਾਤਾਰ ਇਹਦੇ ਵਿੱਚ ਬੱਟੂ ਸਾਹਿਬ ਦੇ ਪ੍ਰਾਇਓਰਟੀ ਤੇ ਇਹੀ ਰਹਿੰਦੇ ਨੇ, ਪਿੰਡਾਂ ਦੇ ਲੋਕ ਹੀ ਰਹਿੰਦੇ ਨੇ, ਪਿੰਡਾਂ ਦੇ ਬੱਚੇ ਦਾ ਉੱਥੇ ਫੋਕਸ ਕੀਤਾ ਜਾਂਦਾ। ਹਾਂ, ਇੱਕ ਪੁਆਇੰਟ ਹੋਰ ਹੈ ਜਿਹੜਾ ਪਿੰਡਾਂ ਦੇ ਨਾਲ ਹੀ ਬੜਾ ਗੂੜਾ ਸੰਬੰਧ ਰੱਖਦਾ ਹੈ, ਵੀਮਨ ਨੂੰ ਇੰਪਾਵਰਮੈਂਟ ਕਰਨ ਲਈ ਕਈ ਸੰਸਥਾਵਾਂ ਗੌਰਮੈਂਟ ਜਿਹੜੀਆਂ ਹੈਗੀਆਂ ਕੋਸ਼ਿਸ਼ ਕਰ ਰਹੀਆਂ। ਗੁਰੂ ਸਾਹਿਬ ਦਾ ਕਿ ਅਨੋਖਾ ਜਿਹੜਾ ਹੈਗਾ ਪ੍ਰੋਗਰਾਮ ਲੈ ਕੇ ਆਏ ਸੀ 15-20 ਸਾਲ ਪਹਿਲਾਂ ਜੀ, ਤੇ ਜਿਹੜੀਆਂ ਉੱਥੇ ਲੜਕੀਆਂ ਹੁੰਦੀਆਂ ਸੀ 10+2 ਜਿਹਨਾਂ ਨੇ ਕਰ ਲਿਆ ਪਿੰਡਾਂ ਦੇ ਵਿੱਚ, ਉਹਨਾਂ ਨੂੰ ਬੜੂ ਸਾਹਿਬ ਨੇ ਲੈ ਕੇ ਆਉਂਦਾ ਬੜੂ ਸਾਹਿਬ ਦੇ ਵਿੱਚ, ਉਹਨਾਂ ਨੂੰ BA/BEd ਫ੍ਰੀ ਕਰਾਈ। ਤੇ ਉਸ ਪ੍ਰੋਗਰਾਮ ਦੇਖਦੇ ਹੋਏ ਆਕਸਫੋਰਡ ਯੂਨੀਵਰਸਿਟੀ ਨੇ ਇਸ ਪ੍ਰੋਗਰਾਮ ਦੇਖਦੇ ਹੋਏ ਉਹਨਾਂ ਨੇ ਉੱਥੇ ਟ੍ਰੇਨਿੰਗ ਕਰਨ ਜਾਂਦੇ ਨੇ ਆਪਦੇ ਖਰਚੇ ਤੇ, ਟੀਚਰ ਜਾਂਦੇ ਨੇ ਬੜੂ ਸਾਹਿਬ ਵਿੱਚ ਉਹ ਲੜਕਿਆਂ ਨੂੰ ਟ੍ਰੇਨਿੰਗ ਕਰਨ ਲਈ। ਤੇ ਉਹ ਮੈਂ ਜਦੋਂ ਅਸੀਂ ਬੜੂ ਸਾਹਿਬ ਗਏ ਆਪਣੇ ਤਲਵੰਡੀ ਸਾਹਿਬੋਂ ਗਏ ਸੀ 2015 ਵਿੱਚ ਜਦੋਂ ਗੁਰੂ ਕੀ ਕਾਸ਼ੀ ਦਾ ਉਦਘਾਟਨ ਹੋਇਆ ਸੀਗਾ ਜੀ, ਜਿਹੜੇ ਇੱਕ ਅਕੈਡਮੀ ਦੀ ਪ੍ਰਿੰਸੀਪਲ ਆਈ ਸੀ ਉੱਥੇ ਉਹ ਦੱਸ ਰਹੇ ਸੀ ਬਾਬਾ ਜੀ ਨੂੰ ਵੀ ਸਾਡੇ ਤਾਂ ਪਿੰਡਾਂ ਵਿੱਚ ਇਹੀ ਡਿਮਾਂਡ ਰਹੀ ਵੀ ਜਿਹੜੀਆਂ ਲੜਕੀਆਂ ਤੁਹਾਡੇ ਟ੍ਰੇਨ ਹੋਈਆਂ ਪਿੰਡਾਂ ਦੀਆਂ ਜੀ, ਉਹਦੀ ਡਿਮਾਂਡ ਪਿੰਡਾਂ ਚੋਂ ਜ਼ਿਆਦਾ ਰਹੀ ਵੀ ਸਾਨੂੰ ਕੋਈ ਟੀਚਰ ਚਾਹੀਦੇ ਨੇ ਜਿਹੜੇ ਤੁਹਾਡੇ ਟ੍ਰੇਨ ਹੋਏ ਨੇ, ਕੰਪੈਟੀਬਿਲਟੀ ਜ਼ਿਆਦਾ ਬਣਦੀ ਹੈ ਬੱਚਿਆਂ ਨਾਲ, ਉਹੀ ਸਭ ਉਹੀ ਪਿੰਡਾਂ ਦਾ ਕਲਚਰ, ਪਿੰਡਾਂ ਦੇ ਸੱਭਿਆਚਾਰ, ਇੱਕ ਦੂਜੇ ਦੇ ਇਮੋਸ਼ਨ ਨੂੰ ਜ਼ਿਆਦਾ ਸਮਝਦੇ ਨੇ, ਪਿੰਡਾਂ ਦਾ ਗੂੜਾ ਰਿਸ਼ਤਾ ਹੁੰਦਾ ਉਹਨਾਂ। ਇਸ ਤਰ੍ਹਾਂ ਦੇਖ ਸਕਦੇ ਹੋ ਵੀ ਕੋਈ ਨਾ ਕੋਈ ਤਾਂ ਨਵਾਂ ਪ੍ਰੋਗਰਾਮ ਜਿਹੜਾ ਵੀ ਸਹੀ ਹੁੰਦਾ ਐਜੂਕੇਸ਼ਨ ਦੇ ਵਿੱਚ ਉਹਨੂੰ ਹਮੇਸ਼ਾ ਲੈ ਕੇ ਆਉਂਦੇ ਨੇ ਤਾਂ ਚੰਗੀ ਵਿੱਦਿਆ ਦਿੱਤੀ ਜਾ ਸਕੇ ਜੀ। ਜੀ ਗੁਰਚਰਨ ਸਿੰਘ ਜੀ, ਤੁਸੀਂ ਇੱਕ ਹੋਰ ਇੱਥੇ ਬਹੁਤ ਇੰਪੋਰਟੈਂਟ ਚੀਜ਼ ਸ਼ੇਅਰ ਕੀਤੀ ਹੈ ਕਿ ਆਕਸਫੋਰਡ ਯੂਨੀਵਰਸਿਟੀ ਤੱਕ ਪਹੁੰਚ ਹੈਗੀ ਇਸ ਸੰਸਥਾ ਦੀ, ਇੱਕ ਪਾਸੇ ਹਾਰਵਰਡ ਯੂਨੀਵਰਸਿਟੀ ਜੋ ਯੂਨਾਈਟਿਡ ਸਟੇਟਸ ਦੀ ਸਭ ਤੋਂ ਪ੍ਰੈਸਟੀਜੀਅਸ, ਸਭ ਤੋਂ ਪੁਰਾਣੀ ਸਕੂਲਿੰਗ ਇੰਸਟੀਟਿਊਸ਼ਨ ਹੈਗੀ, ਬਟ ਆਕਸਫੋਰਡ ਯੂਨੀਵਰਸਿਟੀ ਜੋ ਮੈਂ ਕਹਾਂਗੀ ਦੁਨੀਆ ਦੀ ਸਭ ਤੋਂ ਪੁਰਾਣੀ ਇੰਸਟੀਟਿਊਸ਼ਨ ਹੈ, ਇਟਸ ਬਿਨ ਅਰਾਊਂਡ ਸਿੰਸ ਦੀ 1100s, ਉੱਥੇ ਤੱਕ ਇਹ ਸੰਸਥਾ ਪਹੁੰਚੀ ਹੋਈ ਹੈ ਅਤੇ ਉੱਥੇ ਤੱਕ ਟ੍ਰੇਨਿੰਗ ਲੈਣ ਲਈ ਇਹਦੇ ਮੈਂਬਰਸ ਦੇ ਟੀਚਰਸ ਪਹੁੰਚੇ ਹੋਏ, ਯੂ ਨੋ ਇੱਕ ਵਾਰੀ ਫਿਰ ਜੋ ਐਜੂਕੇਸ਼ਨ ਦਾ ਇਹ ਮਾਡਲ ਹੈ
ਸ਼ਹਿਰਾਂ ਦੇ ਵਿੱਚ ਤਾਂ ਹਰੇ ਕੋਈ ਸਕੂਲ ਖੋਲ੍ਹ ਕੇ ਜੋ ਮਿਡਲ ਅਤੇ ਅਪਰ ਕਲਾਸ ਫੈਮਿਲੀਜ਼ ਹਨ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਦੇਖਦੇ ਹੋ ਪੜ੍ਹਾ ਲਿਖਾ ਕੇ ਵੈਲ ਇਸਟੈਬਲਿਸ਼ ਕਰ ਲੈਂਦੇ ਆ, ਬਟ ਪਿੰਡਾਂ ਦੇ ਵਿੱਚ ਕੋਈ ਕੋਈ ਜਾਂਦਾ ਬਿਕੋਜ਼ ਉੱਥੇ ਨਾ ਤੁਹਾਨੂੰ ਕੋਈ ਪ੍ਰੋਫਿਟ ਬਣਨਾ ਹੈ, ਨਾ ਉੱਥੇ ਤੁਹਾਡੇ ਵੱਡੇ ਪੋਲੀਟੀਸ਼ਨਾਂ ਦੇ ਸੈਲੀਬ੍ਰਿਟੀਜ਼ ਦੇ ਬੱਚਿਆਂ ਨੇ ਆ ਕੇ ਪੜ੍ਹਨਾ ਹੈ, ਰਾਈਟ? ਉੱਥੇ ਤਾਂ ਸਿਰਫ ਜੋ ਮਾਮੂਲੀ, ਜੋ ਲੋਅਰ ਕਲਾਸ, ਜੋ ਇੰਪੋਵਰਿਸ਼ਡ ਪਿੰਡਾਂ ਦੇ ਲੋਕ ਹਨ ਉਹਨਾਂ ਦੇ ਬੱਚਿਆਂ ਨੇ ਪੜ੍ਹਨਾ ਹੈ। ਜਸਪਾਲ ਸਿੰਘ ਜੀ, ਮੈਂ ਤੁਹਾਡੇ ਤੋਂ ਇੱਥੇ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗੀ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਸਾਡੇ ਨਾਲ ਥੋੜ੍ਹੇ ਜਿਹੇ ਨੰਬਰ ਸ਼ੇਅਰ ਕਰੋ, ਕਿੰਨੇ ਕੁ ਅਕੈਡਮੀਜ਼, ਜਿਨ੍ਹਾਂ ਨੂੰ ਨਹੀਂ ਪਤਾ, ਉੱਦਾਂ ਤਾਂ ਮੈਨੂੰ ਉਮੀਦ ਹੈ ਕਿ ਸਾਡੇ ਵਿਊਅਰਸ ਨੂੰ ਪਤਾ ਹੋਏਗਾ ਇਸ ਸੰਸਥਾ ਕਿੰਨੇ ਵੱਡੇ ਲੈਵਲ 'ਤੇ ਓਪਰੇਟ ਕਰ ਰਹੀ ਹੈ, ਜਿਨ੍ਹਾਂ ਨੂੰ ਨਹੀਂ ਪਤਾ, ਲੇਕਿਨ ਕਿੰਨੀ ਕੁ ਅਕੈਡਮੀਜ਼ ਖੁੱਲ੍ਹੀਆਂ ਹੋਈਆਂ, ਕਿੰਨੇ ਪਿੰਡਾਂ ਦੇ ਵਿੱਚ ਖੁੱਲ੍ਹੀਆਂ ਹੋਈਆਂ, ਕਿਸ ਤਰ੍ਹਾਂ ਦਾ ਫੁੱਟਪ੍ਰਿੰਟ ਹੈਗਾ ਇਸ ਸੰਸਥਾ ਦਾ ਅੱਜ ਦੀ ਡੇਟ ਦੇ ਵਿੱਚ? ਹਾਂਜੀ ਅਸ਼ਮਿਤਾ ਜੀ, ਐਕਚੁਲੀ ਬੜੂ ਸਾਹਿਬ ਇਸ ਟਾਈਮ 129 ਅਕੈਡਮੀਜ਼ ਜਿਹੜੀਆਂ ਹੈਗੀਆਂ ਨੇ ਉਹ ਆਪਰੇਟ ਕਰ ਰਹੇ ਨੇ, ਜਿਹੜੀਆਂ ਕਿ ਇੱਕ ਬੜੂ ਸਾਹਿਬ ਦੀ ਅਕੈਡਮੀ ਜਿਹੜੀ ਹੈ ਉਹ ਤਾਂ ਚਲੋ ਡਿਫਰੈਂਟ ਹੈ ਕਿ ਉਹ ਤਾਂ ਬੋਰਡਿੰਗ ਸਕੂਲ ਆ, ਪਰ ਉਸ ਤੋਂ ਇਲਾਵਾ ਜਾਂ ਜਿਹੜੀ ਮੁਕਤਸਰ ਸਾਹਿਬ, ਐਕਚੁਲੀ ਤਾਂ ਮੈਂ ਮੁਕਤਸਰ ਸਾਹਿਬ ਨੂੰ ਵੀ ਪਿੰਡ ਹੀ ਗਿਣਦਾ, ਪਰ ਬਾਕੀ ਸਾਰੀਆਂ ਜਿਹੜੀਆਂ ਅਕੈਡਮੀਜ਼ ਨੇ, ਜੇ ਆਪਾਂ ਮੁਕਤਸਰ ਸਾਹਿਬ ਨੂੰ ਵੀ ਚਲੋ ਸ਼ਹਿਰ ਗਿਣ ਲਈਏ, ਤਾਂ ਬਾਕੀ ਸਾਰੀਆਂ ਦੀਆਂ ਸਾਰੀਆਂ ਅਕੈਡਮੀ ਜਿਹੜੀਆਂ ਹੈਗੀਆਂ ਨੇ ਉਹ ਪਿੰਡਾਂ ਦੇ ਵਿੱਚ ਆ, A to Z। ਕੋਈ ਵੀ ਅਕੈਡਮੀ ਜਿਹੜੀ ਹੈਗੀ ਆ ਉਹ ਸ਼ਹਿਰ ਦੇ ਵਿੱਚ ਨਹੀਂ ਖੋਲੇਗੀ, ਜੇ ਕਿਉਂਕਿ ਇਹ ਬੜੂ ਸਾਹਿਬ ਦਾ ਜਿਹੜਾ ਮਿਸ਼ਨ ਕੋਈ ਬਿਜ਼ਨਸ ਮਾਡਲ ਦਾ ਹੈ ਨਹੀਂ ਸੀ ਵੀ ਅਸੀਂ ਕੋਈ ਪੈਸੇ ਕਮਾਉਣੇ ਨੇ, ਪਰਪਸ ਵਾਸ ਟੂ ਪ੍ਰੋਵਾਈਡ ਦਾ ਐਜੂਕੇਸ਼ਨ ਟੂ ਦਾ ਜਿਹਨਾਂ ਦੇ ਉਹਦਾ ਐਡਵਾਂਟੇਜ ਨਹੀਂ ਹੈਗਾ, ਦ ਪੀਪਲ ਹੂ ਕੈਨ ਨਾਟ ਅਫੋਰਡ ਇਟ, ਦ ਪੀਪਲ ਹੂ ਕੈਨ ਨਾਟ ਜਿਹਨੂੰ ਗੈਟ ਦਿਸ ਕਾਇੰਡ ਆਫ ਐਜੂਕੇਸ਼ਨ। ਈਵਨ ਅਸੀਂ ਵੀ ਪਿੰਡਾਂ 'ਚ ਰਹੇ ਹਾਂ, ਅਸੀਂ ਵੀ ਪਿੰਡਾਂ 'ਚ ਪੜ੍ਹਾਈ ਕੀਤੀ ਆ, ਤੇ ਸਾਨੂੰ ਵੀ ਉਸ ਤਰ੍ਹਾਂ ਦਾ ਕੋਈ ਐਜੂਕੇਸ਼ਨ ਦੀ ਸਹੂਲਤ ਹੈ ਨਹੀਂ ਸੀਗੀ, ਠੀਕ ਹੈ, ਸਾਨੂੰ ਬਾਅਦ ਸ਼ਹਿਰਾਂ ਦੇ ਵਿੱਚ ਜਾ ਕੇ ਐਜੂਕੇਸ਼ਨ ਕਰਨੀ ਪਈ, ਤੇ ਪਰ ਜੋ ਅੱਜ ਪਿੰਡਾਂ ਦੇ ਵਿੱਚ ਐਜੂਕੇਸ਼ਨ ਬੱਚਿਆਂ ਨੂੰ ਮਿਲ ਰਹੀ ਹੈ, ਜੋ ਉਹਨਾਂ ਦਾ ਫਲੂਐਂਟ ਇੰਗਲਿਸ਼ ਦੇ ਵਿੱਚ ਹੋ ਜਾਂਦੇ ਨੇ, ਜੋ ਉਹਨਾਂ ਨੂੰ, ਔਰ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਹੋ ਰਹੀ ਹੈ, ਜਿਹੜੀ ਉਹਨਾਂ ਨੂੰ ਨਾਲ ਗੁਰਬਾਣੀ ਸਿਖਾਈ ਜਾਂਦੀ ਹੈ, ਜਿਹੜਾ ਉਹਨਾਂ ਦਾ ਸਪਿਰਚੁਅਲਿਟੀ ਦੀ ਅਪਲਿਫਟ ਹੁੰਦੀ ਹੈ, ਜਦੋਂ ਮਤਲਬ ਕਿ ਜੇ ਅਸੀਂ ਆਪਣੇ ਆਪ ਨੂੰ ਕੰਪੇਅਰ ਕਰੀਏ, ਜਦੋਂ ਅਸੀਂ ਪਿੰਡਾਂ ਦੇ ਵਿੱਚੋਂ ਗਰੋ ਅਪ ਹੋਏ, ਨਾ ਸਾਨੂੰ ਸਪਿਰਚੁਅਲਿਟੀ ਦੀ ਨੌਲੇਜ ਸੀ, ਨਾ ਸਾਨੂੰ ਮਤਲਬ ਕਿ ਜਿਹੜੀ ਇੰਗਲਿਸ਼ ਬੋਲਣੀ ਆਉਂਦੀ ਸੀ, ਨਾ ਸਾਨੂੰ ਇੰਗਲਿਸ਼ ਦੀ ਕੋਈ ਸਮਝ ਲੱਗਦੀ ਸੀ। ਸੋ ਅੱਜ ਜੋ ਮਤਲਬ ਕਿ ਬੜੂ ਸਾਹਿਬ ਨੇ ਉਹ ਜਿਹੜਾ ਯੋਗਦਾਨ ਪਿੰਡਾਂ ਦੇ ਵਿੱਚ ਜਾ ਕੇ ਪਾਇਆ, ਉਹਦਾ ਆਪਾਂ ਦੇਣ ਨਹੀਂ ਦੇ ਸਕਦੇ, ਜਿਹੜਾ ਬੰਦਾ ਪਿੰਡਾਂ ਦੇ ਵਿੱਚੋਂ ਆਇਆ ਉਹਨੂੰ ਪਤਾ, ਉਹੀ ਮਹਿਸੂਸ ਕਰ ਸਕਦਾ ਇਸ ਚੀਜ਼ ਨੂੰ ਵੀ ਕਿੰਨਾ ਵੱਡਾ ਯੋਗਦਾਨ ਇਸ ਸੰਸਥਾ ਦਾ ਹੈ ਸਾਡੇ ਪਿੰਡਾਂ ਦੇ ਵਿੱਚ ਉਸ ਐਜੂਕੇਸ਼ਨ ਲੈਵਲ ਨੂੰ ਲੈ ਕੇ ਜਾਣ ਦਾ। ਸੋ 129 ਸਕੂਲ ਅਸ਼ਮਿਤਾ ਜੀ ਚੱਲ ਰਹੇ ਨੇ, 2 ਯੂਨੀਵਰਸਿਟੀਜ਼ ਨੇ, ਇੱਕ ਦਮਦਮਾ ਸਾਹਿਬ ਗੁਰੂ ਕਾਸ਼ੀ ਯੂਨੀਵਰਸਿਟੀ ਹੈਗੀ ਹੈ, ਤੇ ਇੱਕ ਬੜੂ ਸਾਹਿਬ ਦੇ ਵਿੱਚ ਅਟਰਨਲ ਯੂਨੀਵਰਸਿਟੀ ਹੈਗੀ ਹੈ, ਤੀਸਰੀ ਯੂਨੀਵਰਸਿਟੀ ਜਿਹੜੀ ਅਟਰਨਲ ਗਲੋਬਲ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ ਆਨਲਾਈਨ ਹੈ, ਉਹ ਵੀ ਮਤਲਬ ਕਿ ਚੱਲ ਰਹੀ ਹੈਗੀ ਹੈ। ਸੋ ਇਹ ਜਿਹੜੇ ਹੋਰ, ਇਸ ਤੋਂ ਇਲਾਵਾ ਹੋਰ ਬੜੇ ਜਿਹਨੂੰ ਪਰਉਪਕਾਰ ਦੇ ਕੰਮ ਬੜੂ ਸਾਹਿਬ ਵੱਲੋਂ ਹੋ ਰਹੇ ਨੇ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਵੂਮੈਨ ਇੰਪਾਵਰਮੈਂਟ ਦਾ ਜਿਹੜਾ ਹੈਗਾ ਪ੍ਰੋਗਰਾਮ ਚੱਲ ਰਿਹਾ, ਜਿਹਦੇ ਵਿੱਚ ਕਿ ਪਿੰਡਾਂ ਦੀਆਂ ਲੜਕੀਆਂ ਜਿਹੜੀਆਂ ਹੈਗੀਆਂ ਨੇ ਪਿੰਡਾਂ ਦੇ ਵਿੱਚੋਂ 8ਵੀਂ 10ਵੀਂ ਪਾਸ ਆ ਕੇ ਬੜੂ ਸਾਹਿਬ ਦੇ ਵਿੱਚੋਂ BA MA ਕਰਕੇ, ਉਹ ਵੀ ਉਹਨਾਂ ਨੂੰ ਫਰੀ ਆਫ ਕੋਸਟ ਕਰਾਈ ਜਾਂਦੀ ਹੈ, ਉਸ ਤੋਂ ਬਾਅਦ ਆਪਣੇ ਅਕੈਡਮੀਆਂ ਦੇ ਵਿੱਚ ਉਹਨਾਂ ਨੂੰ ਜੋਬ ਲਾਈ ਜਾਂਦੀ ਹੈ। ਦਿਸ ਇਜ਼ ਵਨ ਆਫ ਦਾ ਜਿਹਨੂੰ ਬੈਸਟ ਪ੍ਰੋਗਰਾਮ, ਜਿਹਨੂੰ ਬਾਬਾ ਜੀ ਲਵਸ ਦਿਸ ਪ੍ਰੋਗਰਾਮ, ਕਿ ਵੂਮੈਨ ਇੰਪਾਵਰਮੈਂਟ ਦਾ ਜਿਹੜਾ ਪ੍ਰੋਗਰਾਮ ਹੈਗਾ। ਸੋ ਇਸ ਤਰ੍ਹਾਂ ਦੇ ਮਤਲਬ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ, ਆਈ ਮੀਨ ਪ੍ਰੋਗਰਾਮ ਤਾਂ ਇੰਨੇ ਜ਼ਿਆਦਾ ਹੈ, ਮੈਂ ਇੱਥੇ ਯੂ ਨੋ ਇੱਕ ਛੋਟੀ ਜਿਹੀ ਚੀਜ਼ ਸ਼ੇਅਰ ਕਰਨਾ ਚਾਹੁੰਦੀ ਹਾਂ ਵਿਊਅਰਸ ਦੇ ਨਾਲ। ਜਦੋਂ ਮੈਨੂੰ ਆਪ ਨੂੰ ਮੌਕਾ ਮਿਲਿਆ, ਆਈ ਫੀਲ ਵੈਰੀ ਫੋਰਚੁਨੇਟ, ਹਿਮਾਚਲ ਜਾ ਕੇ ਵਿਜ਼ਿਟ ਕੀਤੀ, ਮੈਂ ਕੈਂਪਸ 'ਤੇ ਵਿਜ਼ਿਟ ਕੀਤਾ, ਡਾਕਟਰ ਨੀਲਮ ਕੌਰ ਜੀ ਜੋ ਇੰਨੇ ਵੱਡੇ ਲੈਵਲ 'ਤੇ ਉੱਥੇ ਸਾਰੇ ਸਕੂਲਾਂ ਨੂੰ ਮੈਨੇਜ ਕਰ ਰਹੇ ਹਾਂ, ਉਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ। ਉੱਥੇ ਜੋ ਬੱਚੀਆਂ ਸੀਗੀਆਂ ਅਤੇ ਖਾਸ ਕਰਕੇ ਜੋ ਪਿੰਡਾਂ ਦੇ ਵਿੱਚ ਵੱਖ ਵੱਖ ਵੂਮੈਨ ਇੰਪਾਵਰਮੈਂਟ ਅਤੇ ਇੰਪਲੋਇਮੈਂਟ ਦੇ ਪ੍ਰੋਗਰਾਮਸ ਉਹ ਸ਼ੁਰੂ ਕਰ ਰਹੇ, ਉਹਨਾਂ ਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਆਈ ਮੀਨ ਦੀਜ਼ ਵੂਮੈਨ, ਸਮ ਆਫ ਦੈਮ ਵਰ ਦੇਅਰ, ਐਂਡ ਉਹਨਾਂ ਦੇ ਚਿਹਰਿਆਂ 'ਤੇ ਇੰਨੀ ਰੌਣਕ, ਆਈ ਮੀਨ ਯੂ ਨੋ, ਜੋ ਔਰਤਾਂ ਨੂੰ ਬਿਲਕੁਲ ਡਿਸਇਨਫਰੈਂਚਾਈਜ਼ ਜਾਂ ਦਬਾ ਕੇ ਰੱਖਿਆ ਹੋਇਆ ਸੀ, ਸੁਸਾਇਟੀ ਨੇ, ਸਿਸਟਮ ਹੀ ਇਹੋ ਜਿਹਾ ਬਣਿਆ ਹੋਇਆ, ਦਬਾ ਕੇ ਰੱਖਿਆ ਸੀ, ਉਹਨਾਂ ਦੇ ਵਿੱਚ ਮਤਲਬ ਉਹ ਖੁੱਲ੍ਹ ਕੇ ਗੱਲ ਕਰ ਰਹੀ ਸੀ ਕਿ ਹੁਣ ਆਪਾਂ ਇਹ ਵੀ ਕਰ ਰਹੇ ਹਾਂ, ਇਹ ਵੀ ਕਰ ਰਹੇ, ਇੱਦਾਂ ਫੈਮਿਲੀ ਲਈ ਪ੍ਰੋਵਾਈਡ ਕਰ ਰਹੇ, ਇਹ ਸਾਡਾ ਨੈਕਸਟ ਸਟੈਪ ਹੈ। ਆਈ ਮੀਨ
and it was so inspiring to hear them speak and they were so excited ki minnu aap nu excitement ho rahi hai soch ke ki oh kinne you know they were like they were empowered that's all I can say and main aap ek cheez experience kiti I'm glad you mentioned that ithe ek aur choti ji break le dukde hain us baad mukta ji main tode naal kuch gal karna chahndi hain viewers bhi sad naal is tarah jude raho conversation jari rahegi break to us par ब्रेक तो बाद एक बार फिर मुड़ हाजिर होए हैं तो गल हो रही है बड़ू सब कलगीधर ट्रस्ट दे सेवादारा दे नाल सपोर्टर्स दे नाल ते उम्मीद है कि तुसी भी इस प्रोग्राम ते सुन के इन्हां नूं कुछ एहो जी जानकारी पा रहे हो कि तुसी भी इनवॉल्व हो तुसी भी सपोर्ट करो रविदीप कौर मुक्ता जी दी इनफॉर्मेशन स्क्रीन ते लिखी हुई है जरूर नोट कर लो एक बार फिर मैं पैनल नूं स्वागत कर दी हाँ मुक्ता जी अज दे प्रोग्राम दे विच सानू थोड़ा जिहा मौका मिलिया हिस्टरी नू कवर करन दा ते किन्ना किन्ने क वड्डे माइलस्टोन्स अचीवमेंट्स इस संस्था ने हासिल कीतियां हले तक बट ये कम मतलब इत्थे तां बिल्कुल रुकना नहीं चाहिए भावें कोविड हुई है इकोनमी दे की हालात हन ते इंडिया दे विच तां यू नो इट्स लाइक डिसहार्टनिंग ऑलमोस्ट डिप्रेसिंग हो जाता जदों बंदा सोचदा है कि इंडिया दे विच की कुछ हो रहा बट ये संस्था अपना काम नहीं छोड़ रही ते जो सपोर्ट हैगी संगत वालों वो भी नहीं हटनी चाहिए मुक्ता जी तुसी सब तो पहले तो सानू ये दसो कि अज जदों सारिया का फोकस किसानी मुद्दे ते बनिया होया है कि जो हले तक शहीद हुए हैं मोर्चे दे विच एंड अनफॉर्चुनेटली दिल दुख रहा है सोचते हुए कहते हुए मैनू कोई खुशी नहीं है इस चीज़ नू बट जिस तरह ये चीज़ का कोई हल नहीं लभ रहा हले तक कि होर शायद शहीद होंगे उन परिवारों ले उन बच्चों ले संस्था की कुछ सपोर्ट प्रोवाइड कर रही है वाहेगुरु जी का खालसा वाहेगुरु जी की फतेह मैं अश्मिता जी यह दसना चाहवांगी कि ਆਪਾਂ ਸਾਡੇ ਪੰਥ ਦੇ ਵਿੱਚ ਇੱਕ ਬੜਾ ਟ੍ਰੈਂਡ ਪਹਿਲੇ ਚੱਲਿਆ ਸੀ ਕਿ ਜਿਵੇਂ ਸੰਗਤ ਦੇ ਕੋਲ ਪੈਸਾ ਆਇਆ ਤੇ ਆਪਾਂ ਗੁਰੂ ਘਰ ਬਣਾ ਲੈਂਦੇ ਆ ਰਾਈਟ ਹਨਾ ਸਿਰਫ ਅਮਰੀਕਾ ਅਮਰੀਕਾ ਵਿੱਚ ਅਗਰ ਅਸੀਂ ਕਾਊਂਟ ਕਰੀਏ ਤੇ ਸਾਡੇ 700-800 ਗੁਰੂ ਘਰ ਹੈਗੇ ਨੇ ਗੁਰੂ ਘਰਾਂ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈਗੀ ਰਾਈਟ ਤੇ ਬਟ ਬਾਬਾ ਜੀ ਹਮੇਸ਼ਾ ਕਹਿੰਦੇ ਸੀਗੇ ਕਿ ਗੁਰੂ ਘਰਾਂ ਦੇ ਵਿੱਚ ਜਾਣ ਵਾਸਤੇ ਬੱਚੇ ਵੀ ਤਿਆਰ ਹੋਣੇ ਜ਼ਰੂਰੀ ਨੇ ਕਿ ਬਜ਼ੁਰਗ ਜਾਂਦੇ ਨੇ ਗੁਰੂ ਘਰਾਂ ਦੇ ਵਿੱਚ ਤੇ ਜਿਹੜੇ ਬੱਚੇ ਜਨਰੇਸ਼ਨ ਅੱਜ ਦੀ ਏ ਉਹ ਤੇ ਨਹੀਂ ਜਾਣਾ ਪਸੰਦ ਕਰਦੀ ਤੇ ਇੱਕ ਪਹਿਲਾ ਟ੍ਰੈਂਡ ਮੈਨੂੰ ਲੱਗਦਾ ਇੱਕ ਬੜਾ ਯੂਨੀਕ ਜਿਹਾ ਸ਼ੁਰੂ ਹੋਇਆ ਕਲਗੀਧਰ ਟ੍ਰਸਟ ਬਰੂ ਸਾਹਿਬ ਵੱਲੋਂ ਕਿ ਅੱਜ ਦੇ ਟਾਈਮ ਨੂੰ ਦੇਖਦਿਆਂ ਹੋਇਆ ਤੇ ਆਪਣੇ ਫਿਊਚਰ ਨੂੰ ਦੇਖਦਿਆਂ ਹੋਇਆ ਕਿ ਸਕੂਲ ਖੋਲੋ ਹਨਾ ਕਿ ਕਿ ਸਕੂਲਾਂ ਦੇ ਵਿੱਚ ਇੰਨੀ ਅੱਛੀ ਐਜੂਕੇਸ਼ਨ ਦਵੋ ਗੁਰਮਤਿ ਦੀ ਵੀ ਸਾਇੰਟੀਫਿਕਲੀ ਵੀ ਜਿਹਦੇ ਨਾਲ ਕਿ ਉਹ ਬੱਚੇ ਗੁਰੂ ਘਰਾਂ ਨੂੰ ਜਾ ਕੇ ਐਟਲੀਸਟ ਸਾਂਭ ਸਕਣ ਐਟਲੀਸਟ ਉਹਨਾਂ ਗੁਰੂ ਘਰਾਂ ਚ ਜਾ ਸਕਣ ਸਾਡੇ ਇੱਥੇ ਵਰਜੀਨੀਆ ਰਿਸ਼ਮਨ ਵਰਜੀਨੀਆ ਵਿੱਚ ਇੱਕ ਸੇਵਾਦਾਰ ਹੈਗੇ ਨੇ ਤੇ ਉਹ ਕਹਿੰਦੇ ਭੈਣ ਜੀ ਜਦੋਂ ਮੈਂ ਆਪਣੇ ਪ੍ਰੋਗਰਾਮ 2013 ਤੋਂ ਵਾਚ ਕਰਨੇ ਸ਼ੁਰੂ ਕੀਤੇ ਕਹਿੰਦੇ ਮੈਂ ਹਮੇਸ਼ਾ ਗੁਰੂ ਘਰ ਨੂੰ ਸੇਵਾ ਦਿੰਦਾ ਸੀਗਾ ਤੇ ਤੇ ਕਹਿੰਦੇ ਮੈਨੂੰ ਬੜੀ ਖੁਸ਼ੀ ਮਿਲਦੀ ਸੀ ਤੇ ਆਫ ਕੋਰਸ ਗੁਰੂ ਘਰ ਨੂੰ ਤੇ ਦੇਣਾ ਲੈ ਗੁਰੂ ਗੁਰਦੁਆਰਾ ਸਾਹਿਬ ਨੂੰ ਸੇਵਾ ਦੇਣੀ ਤੇ ਖੁਸ਼ੀ ਬਹੁਤ ਮਾਣ ਦੀ ਗੱਲ ਹੁੰਦੀ ਹੈ ਬਟ ਉਹ ਕਹਿੰਦੇ ਮੇਰਾ ਨਾ ਬਿਲਕੁਲ ਉਹ ਪ੍ਰੋਗਰਾਮ ਦੇਖ ਕੇ ਕਲਗੀਧਰ ਟ੍ਰਸਟ ਦੇ ਮਾਡਲ ਨੂੰ ਦੇਖ ਕੇ ਉਹਦੀ ਸੋਚ ਨੂੰ ਦੇਖ ਕੇ ਕਹਿੰਦੇ ਮੇਰੀ 100% ਸੋਚ ਬਦਲ ਗਈ ਤੇ ਉਹਨਾਂ ਨੇ 2014 ਵਿੱਚ ਬਾਬਾ ਜੀ ਦਾ ਇੱਕ ਲੈਕਚਰ ਇੱਥੇ ਨਿਊਯਾਰਕ ਦੇ ਵਿੱਚ ਹੋਇਆ ਸੀ ਤੇ ਆਪ ਜੀ ਨੇ ਕਵਰ ਕੀਤਾ ਸੀ ਤੇ ਉਹਨਾਂ ਨੇ ਟੀਵੀ ਤੇ ਪ੍ਰੋਗਰਾਮ ਦੇਖਿਆ ਨਾ ਕਹਿੰਦੇ ਉਸ ਤੋਂ ਬਾਅਦ ਮੈਂ ਐਜੂਕੇਸ਼ਨ ਨੂੰ ਹੀ ਦੇਣਾ ਸ਼ੁਰੂ ਕੀਤਾ ਤੇ ਕਹਿੰਦੇ ਤੁਹਾਡਾ ਲੈਕਚਰ ਦਾ ਜਿਹੜਾ ਥੀਮ ਸੀ ਬੜਾ ਵੱਡਾ ਪਿੱਛੇ ਬੈਨਰ ਲੱਗਾ ਸੀ ਕਿ ਬੱਚੇ ਪੜਾਓ ਪੰਜਾਬ ਵਿੱਚ ਇਹ ਜਿਹੜਾ ਨਾ ਲੋਗੋ ਸੀ ਨਾ ਇਹ ਜਸਪਾਲ ਵੀਰ ਜੀ ਨੇ ਦੱਸਿਆ ਸੀਗਾ ਕਿ ਅਸੀਂ ਕੈਂਪਿੰਗ ਜਿਹੜੀ ਹੈ ਪੰਜਾਬ ਦੇ ਵਿੱਚ ਕੰਮ ਕਰਨਾ ਹੈ ਸੰਗਤ ਦਾ ਪੈਸਾ ਪੰਜਾਬ ਵਿੱਚ ਲੱਗਣਾ ਹੈ ਤੇ ਪੰਜਾਬ ਬਚਣਾ ਵੀ ਐਜੂਕੇਸ਼ਨ ਦੇ ਨਾਲ ਹੈ ਤੇ ਵੀਰ ਜੀ ਨੇ ਕਿਹਾ ਆਪਾਂ ਲੋਗੋ ਰੱਖਾਂਗੇ ਬੱਚੇ ਪੜਾਓ ਪੰਜਾਬ ਬਚਾਓ ਜੇ ਪੰਜਾਬ ਬਚਾਉਣਾ ਤੇ ਬੱਚੇ ਪੜਾ ਲਓ ਨਹੀਂ ਤੇ ਪੰਜਾਬ ਤੇ ਗਿਆ ਆਪਣਾ ਹਨਾ ਤੇ ਉਹ ਕਹਿੰਦੇ ਮੈਨੂੰ ਉਹ ਲਾਈਨ ਇੰਨੀ ਟੱਚ ਕੀਤੀ ਅੱਜ ਉਹ 17 ਬੱਚੇ ਖੁਦ ਉਹਨਾਂ ਨੇ ਸਪਾਂਸਰ ਕੀਤੇ ਹੋਏ ਨੇ ਤੇ ਉਹ ਹੁਣ ਆਪਣਾ ਨਾ ਇੱਕ ਟ੍ਰੈਂਡ ਚੱਲ ਪਿਆ ਉਹਨਾਂ ਨੇ ਆਪਣੇ ਪਿੰਡ ਦੇ 17 ਬੱਚੇ
ਖੁਦ ਸਿਲੈਕਟ ਕੀਤੇ ਉਹਨਾਂ ਨੇ, ਉਹਨਾਂ ਨੂੰ ਆਪਣੇ ਪਿੰਡ ਦਾ ਪਤਾ ਹੁੰਦਾ ਹੈ ਕਿ ਕਿਹੜੇ ਕਿਹੜੇ ਗਰੀਬ ਘਰ ਨੇ ਆਪਣੇ, ਕਿਹੜੇ ਨਹੀਂ ਅਫੋਰਡ ਕਰ ਪਾ ਰਹੇ ਜੀ। ਤੇ ਤੇ ਉਹਨਾਂ ਨੇ 9 ਬੱਚੇ ਲਾਸਟ ਈਅਰ ਤੱਕ ਸੀ, ਹੁਣ ਉਹਨਾਂ ਨੇ ਜਿਹੜਾ ਹੈ ਕਿ ਵਿੱਚ 60 ਬੱਚੇ ਹੋਰ ਐਡ ਕੀਤੇ ਨੇ। ਤੇ ਉਹਨਾਂ ਨੂੰ ਪਿੰਡ ਵਾਲੇ ਖੁਦ ਅਪਰੋਚ ਕਰਦੇ ਨੇ ਕਿ ਭਾਜੀ ਬੜੂ ਸਾਹਿਬ ਦੇ ਇਤਨੀ ਅਕਾਲ ਅਕੈਡਮੀ ਦੇ ਵਿੱਚ ਵੀ ਇਹ ਬੱਚੇ ਪਿੰਡ ਦੇ ਜਿਹੜੇ ਹੈਗੇ ਨੇ ਸਰਪੰਚ ਜੀ, ਉਹ ਇੱਥੇ ਉਹਨਾਂ ਨੂੰ ਕੰਟੈਕਟ ਕਰਦੇ ਨੇ ਕਿ ਆਪਾਂ ਇਹ ਬੱਚੇ ਪੜ੍ਹਾਉਣੇ ਨੇ, ਹਨਾ। ਤੇ ਉਹਨਾਂ ਨੇ ਹੁਣ ਇਸ ਸਾਲ 8 ਬੱਚੇ ਹੋਰ ਐਡ ਕੀਤੇ ਨੇ, ਤੇ ਉਹ ਟੋਟਲ ਆਲ ਟੁਗੈਦਰ 17 ਬੱਚੇ ਪੜ੍ਹਾ ਰਹੇ ਨੇ। ਤੇ ਉਹ ਕਹਿੰਦੇ ਮੇਰਾ ਪੂਰਾ ਫੋਕਸ ਜਿਹੜਾ ਨਾ, ਮੇਰਾ ਵਿਜ਼ਨ ਖੁਦ ਇੰਨਾ ਇੰਟੈਲੈਕਚੁਅਲ ਹੋ ਗਿਆ ਵੇ ਤੁਹਾਡੇ ਪ੍ਰੋਗਰਾਮ ਦੇਖ ਕੇ, ਕਿ ਸੋਚ ਕਿੰਨੀ ਵੱਡੀ ਏ, ਕਿੰਨੀ ਵਿਸ਼ਾਲ ਏ ਜੀ। ਉਹ ਕਹਿੰਦੇ ਮੈਨੂੰ ਫਿਊਚਰ ਦਿਖਦਾ ਹੈ ਕਿ ਇਹ ਸਕੂਲਾਂ ਤੋਂ ਹੀ ਸਾਡੇ ਪੰਜਾਬ ਦੇ ਪਿੰਡਾਂ ਦੇ ਕਿਸਾਨਾਂ ਦੇ ਬੱਚਿਆਂ ਦਾ ਫਿਊਚਰ ਬਣਨਾ ਵੇ। ਕਹਿੰਦੇ ਕਿ ਗੁਰਦੁਆਰਾ ਸਾਹਿਬ ਇੱਥੇ ਅਤਿ ਬਜ਼ੁਰਗ ਲੋਕ ਸਾਰੇ ਜਾਂਦੇ ਨੇ, ਯੰਗ ਬੱਚੇ ਆਪਣੇ ਨਹੀਂ ਜਾਂਦੇ, ਹਨਾ। ਤੇ ਉਹਨਾਂ ਨੂੰ ਬਾਣੀ ਨਹੀਂ ਸਮਝ ਆਉਂਦੀ, ਬਟ ਕਹਿੰਦੇ ਕਿ ਅੱਜ ਬੜੂ ਸਾਹਿਬ ਦਾ ਇੱਕ ਇੱਕ ਸਕੂਲ, ਸਕੂਲ ਵੀ ਏ ਤੇ ਗੁਰਦੁਆਰਾ ਵੀ ਏ। ਕਹਿੰਦੇ ਮੈਨੂੰ ਉਹਨਾਂ ਨੂੰ ਪਿੰਡ ਤੋਂ ਰਿਪੋਰਟ ਆਉਂਦੀ ਹੈ, 17 ਬੱਚਿਆਂ ਦੇ ਪੇਰੈਂਟਸ ਬੜੇ ਹੈਪੀ ਨੇ। ਕਹਿੰਦੇ ਮੈਨੂੰ ਜਦੋਂ ਕਹਿੰਦੇ ਨੇ ਕਿ ਮੇਰਾ ਬੱਚੇ ਨੇ ਜਪੁਜੀ ਸਾਹਿਬ ਦਾ ਪਾਠ ਸਿੱਖ ਲਿਆ, ਪੂਰਾ ਮੇਰਾ ਬੱਚਾ ਪਾਠ ਕੀਤਾ। ਤੇ ਉਹਨਾਂ ਦੇ ਜਿਹੜੇ ਬੱਚੇ ਪੜ੍ਹਾਏ ਉਹਨਾਂ ਦੇ ਵਿੱਚ 3 ਪਰਿਵਾਰ ਅੰਮ੍ਰਿਤਧਾਰੀ ਹੋ ਗਏ ਨੇ। ਕਹਿੰਦੇ ਹੁਣ ਬੱਚਾ ਸਾਡਾ ਮੇਰੇ ਬੱਚਿਆਂ ਦੀ ਪੜ੍ਹਾਈ ਤੋਂ ਬਾਦ ਉਹ ਅੰਮ੍ਰਿਤ, ਵਾਹ ਜੀ ਵਾਹ, ਕਿੰਨੀ ਵੱਡੀ ਗੱਲ ਹੈ। ਤੇ ਹੁਣ ਇਹ ਸਲੋਲੀ ਸਲੋਲੀ ਨਾ ਇਹ ਇਹੋ ਜਿਹੀ ਅਵੇਅਰਨੈਸ ਆ ਰਹੀ ਹੈ ਕਿ ਅਸੀਂ ਜਿਹੜਾ ਹੈ ਕਿ ਐਜੂਕੇਸ਼ਨ ਦੇ ਉੱਤੇ ਹੀ ਆਪਣਾ ਪੈਸਾ ਲਾਈਏ, ਤੇ ਭਲਾ ਆਪਣਾ ਉਹਦੇ ਨਾਲ ਹੀ ਹੋਣਾ ਹੈ। ਮੁਕਤਾ ਜੀ, ਮੈਂ ਇੱਥੇ ਇਹ ਪੁੱਛਣਾ ਚਾਹੁੰਦੀ ਹਾਂ, ਬਿਕੋਜ਼ ਸਾਨੂੰ ਲੱਗਦਾ ਹੈ ਕਿ ਐਜੂਕੇਸ਼ਨ, ਵਾਂਸ ਅਗੇਨ ਜੋ ਸਾਡੇ ਵਿਊਅਰ ਸਾਨੂੰ ਅਬਰੋਡ ਵਿਖੇ ਦੇਖ ਰਹੇ ਆ, ਭਾਵੇਂ US, ਕੈਨੇਡਾ, ਆਸਟ੍ਰੇਲੀਆ, UK, ਐਜੂਕੇਸ਼ਨ ਦੀ ਇੱਥੇ ਜਦੋਂ ਹਾਈ ਕੁਆਲਿਟੀ, ਖਾਸ ਕਰਕੇ ਪ੍ਰਾਈਵੇਟ ਐਜੂਕੇਸ਼ਨ, ਹਾਇਰ ਐਜੂਕੇਸ਼ਨ ਦੀ ਗੱਲ ਆਉਂਦੀ, ਬਹੁਤ ਮਹਿੰਗਾਈ ਲੋਕਾਂ ਦੇ ਦਿਮਾਗ 'ਚ ਆ ਜਾਂਦੀ ਹੈ, ਰਾਈਟ। ਬਟ ਅਗਰ ਇਸ ਸੰਸਥਾ ਦੇ ਰਾਹੀਂ ਕਿਸੇ ਨੇ ਇੱਕ ਬੱਚੇ ਦੀ ਲਾਈਫ ਟਾਈਮ ਐਜੂਕੇਸ਼ਨ ਨੂੰ ਸਪੋਂਸਰ ਕਰਨਾ ਹੋਏ, ਉਹਦਾ ਕਿੰਨਾ ਕੁ ਖਰਚਾ ਹੈ? ਜਿਹੜਾ ਇਅਰਲੀ ਐਜੂਕੇਸ਼ਨ ਸਪੋਂਸਰਸ਼ਿਪ ਹੈਗੀ $500. ਵਾਓ, ਦੈਟਸ ਇਟ, ਬਸ $500, ਜਸਟ $500, ਵਿਚ ਇਨਕਲੂਡਸ ਟਿਊਸ਼ਨ ਫੀ, ਸਕੂਲ ਫੀ ਜੀ, ਯੂਨੀਫਾਰਮ, ਟ੍ਰਾਂਸਪੋਰਟੇਸ਼ਨ ਐਂਡ ਜਿਹੜਾ ਕਿ ਬੁੱਕਸ, ਯੈਸ, ਸਟੇਸ਼ਨਰੀ ਸਾਰੀ। ਇੱਕ ਪੂਰੇ ਸਾਲ ਦੇ ਵਿੱਚ $500 ਦੇ ਵਿੱਚ ਤੁਸੀਂ ਸਭ ਕੁਝ ਬੱਚੇ ਨੂੰ ਦੇ ਸਕਦੇ ਹੋ, ਪੜ੍ਹਾਈ ਲਿਖਾਈ ਦੇ ਇਲਾਵਾ ਵੀ, ਮਤਲਬ ਰਹਿਣ ਸਹਿਣ ਦਾ, ਟ੍ਰਾਂਸਪੋਰਟੇਸ਼ਨ, ਖਾਣ ਪੀਣ ਦਾ, ਨਾਮ ਅਤੇ ਬਾਣੀ ਦੇ ਨਾਲ ਜੁੜਨ ਦਾ, ਪੂਰੀ ਸਹੂਲਤਾਂ। ਯੈਸ, ਤੇ ਜਿਹੜਾ ਲਾਈਫ ਟਾਈਮ ਹੈਗਾ ਵੇ ਉਹਦਾ ਹੈਗਾ $4,000, ਵਿਚ ਇਜ਼ ਐਂਡੋਮੈਂਟ ਫੰਡ। ਆਪਣੇ ਨਿਊਯਾਰਕ ਦੇ ਵਿੱਚ ਰਾਮ ਰਿਸ਼ਪਾਲ ਜੀ ਹੈਗੇ ਨੇ, ਉਹਨਾਂ ਨੇ ਸਾਨੂੰ ਇਹ ਸਾਰਾ ਪ੍ਰੋਗਰਾਮ, ਸਾਡੇ ਰਵਿੰਦਰਪਾਲ ਸਿੰਘ ਕੋਹਲੀ ਜੀ ਆਏ 2014 ਦੇ ਵਿੱਚ ਆ ਕੇ ਉਹਨਾਂ ਨਾਲ ਇੱਕ ਮੀਟਿੰਗ ਕੀਤੀ, ਤੇ ਉਹਦੇ ਵਿੱਚ ਪੈਨੀ ਜੀ ਵੀ ਨਾਲ ਹੀ ਸੀਗੇ। ਸਾਨੂੰ ਪੈਨੀ ਜੀ ਨੇ ਇੰਟਰੋਡਿਊਸ ਕਰਾਇਆ, ਕਿਉਂਕਿ ਉਹ ਇੱਕ ਉਹ ਐਜੂਕੇਸ਼ਨ ਤੇ ਨਾ ਕੁਛ ਬਹੁਤ ਵੱਡਾ ਕਰਨਾ ਚਾਹੁੰਦੇ ਸੀਗੇ, ਤੇ ਉਹਨਾਂ ਦਾ ਹਮੇਸ਼ਾ ਸੀਗਾ ਕਿ ਮੈਂ ਬੜਾ ਵੱਡਾ ਫੰਡਿੰਗ ਐਜੂਕੇਸ਼ਨ ਤੇ। ਤੇ ਸਾਡੇ ਪੈਨੀ ਜੀ ਹੈਗੇ ਨੇ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਬੜੂ ਸਾਹਿਬ ਆਲਰੇਡੀ ਕੰਮ ਕਰ ਰਿਹਾ, ਇੰਨਾ ਵੱਡਾ ਸਟਰਕਚਰ ਹੈਗਾ, ਤੁਸੀਂ ਉਹਦੇ ਵਿੱਚ ਹੀ ਉਹਨਾਂ ਨੂੰ ਸਪੋਰਟ ਕਰੋ ਤਾਂ ਕਿ ਉਹ ਹੋਰ ਵਧੇ, ਹਨਾ। ਬਿਲਕੁਲ, ਤੇ ਉਹਨਾਂ ਨੇ ਪੂਰਾ ਸਟੱਡੀ ਆਨਲਾਈਨ ਤੇ ਕੀਤਾ, ਤੇ ਉਹਨਾਂ ਨੇ ਸਾਨੂੰ ਇਹ ਪ੍ਰਪੋਜ਼ਲ ਰੱਖਿਆ ਕਿ ਜਿਵੇਂ ਇੱਥੇ ਜਿਹੜੀਆਂ ਅਮਰੀਕਨ ਯੂਨੀਵਰਸਿਟੀਜ਼ ਨੇ ਉਹਨਾਂ ਦਾ ਆਪਣਾ ਇੱਕ ਫੰਡ ਹੁੰਦਾ, ਐਂਡਾਊਮੈਂਟ ਫੰਡ, ਹਾਂਜੀ, ਜਿਸ ਦੇ ਵਿੱਚ ਉਹਦੇ ਇੰਟਰਸਟ ਦੇ ਨਾਲ ਉਹ ਕਿਸ ਤਰ੍ਹਾਂ ਕਿੰਨੇ ਸਾਰੇ ਬੱਚਿਆਂ ਨੂੰ ਸਕਾਲਰਸ਼ਿਪਸ ਦਿੰਦੇ ਨੇ, ਫ੍ਰੀ ਐਜੂਕੇਸ਼ਨ ਦਿੰਦੇ ਨੇ, ਜਿਹੜੇ ਬੱਚੇ ਕਿ ਆਲਰੇਡੀ ਇੰਟੈਲੀਜੈਂਟ ਹੁੰਦੇ ਨੇ ਡਿਜ਼ਰਵ ਕਰਦੇ ਨੇ ਐਜੂਕੇਸ਼ਨ ਨੂੰ। ਤੇ ਉਸ ਤਰ੍ਹਾਂ ਹੀ ਲਾਈਕ ਕਿ ਅਸੀਂ ਹੁਣ $4,000 ਬੈਂਕ ਚ ਡਿਪੋਜ਼ਿਟ ਹੋ ਜਾਂਦਾ, ਉਹਦਾ ਜਿਹੜਾ ਇੰਟਰਸਟ ਸਾਨੂੰ ਆਉਂਦਾ ਹੈ ਉਹਦੇ ਨਾਲ ਪੂਰੇ ਸਾਲ ਦੀ ਫੀਸ ਬੱਚੇ ਦੀ ਨਿਕਲ ਜਾਂਦੀ ਹੈ। ਤੇ ਇਹਦੇ ਵਿੱਚ ਇੱਕ ਯੂਨੀਕਨੈਸ ਇਹ ਹੈਗੀ ਹੈ ਕਿ ਕਿੰਡਰਗਾਰਡਨ ਟੂ 12th ਗ੍ਰੇਡ ਤੱਕ ਅਸੀਂ 14 ਸਾਲ ਦੀ ਐਜੂਕੇਸ਼ਨ $4,000 ਦਿੱਤਾ, ਬਟ ਇਹ ਲਾਈਫ ਟਾਈਮ ਕਿਸ ਤਰ੍ਹਾਂ ਹੋ ਗਿਆ, ਕਿਉਂਕਿ ਉਸ 12th ਸਟੈਂਡਰਡ ਦੇ ਬੱਚਾ ਜਦੋਂ ਪੜ੍ਹਾਈ ਕਰਕੇ ਯੂਨੀਵਰਸਿਟੀ ਚਲਾ ਜਾਂਦਾ, ਹੁਣ ਉਸ ਇੰਟਰਸਟ ਦੇ ਉੱਤੇ ਹੋਰ ਬੱਚਾ ਆ ਜਾਏਗਾ, ਓ ਮਾਈ ਗਾਡ, ਬੱਚਾ ਆ ਜਾਏਗਾ। ਸੋ $4,000 ਦੇ ਨਾਲ ਅਸੀਂ ਤੇ ਨਹੀਂ ਰਵਾਂਗੇ, ਜਿਹਨੇ ਦਿੱਤਾ ਵੇ ਕਿੰਨੇ ਸਾਲ, 100 ਸਾਲ ਜੀ ਲਾਂਗੇ, 10 ਸਾਲ ਜੀ ਲਾਂਗੇ, ਬਟ ਦੇਖੋ ਕਿ ਉਹ $4,000 ਉਹ ਕਿੰਨਾ ਲੰਬਾ ਟਾਈਮ ਚੱਲਣਾ ਹੈ, ਤੇ ਕਿੰਨੇ ਬੱਚਿਆਂ ਨੇ ਉਹਦੀ ਪੜ੍ਹਾਈ ਉਸ ਇੰਟਰਸਟ ਦੇ ਨਾਲ ਪੜ੍ਹਾਈ ਕਰ ਲੈਣੀ ਹੈਗੀ ਹੈ।
ਤੇ ਉਹ ਸਾਡਾ ਇੰਨਾ ਸਕਸੈਸਫੁਲ ਹੋਇਆ ਕਿ ਅਸੀਂ $4,000 ਦੇ ਕੇ ਫਿਰ ਕੀ ਹੈਗਾ ਕਿ ਨਾ ਪੂਰੇ ਪ੍ਰੋਗਰਾਮ ਸਾਡਾ ਦਾ ਨਾਮ ਹੈਗਾ ਡੀਡ ਅ ਡੇ ਡੀਡ ਅ ਡੇ ਹਾਂਜੀ ਹਨਾ ਡੀਡ ਅ ਡੇ ਇੱਕ ਦਿਨ ਦਾ ਇੱਕ ਕਰਮ ਸੋ ਅਸੀਂ ਡੋਨੇਟ ਕਰਨਾ ਲਾਈਕ ਮੇਰੇ ਕੋਲ $2.5 ਸਾਨੂੰ ਪੈਂਦੇ ਨੇ ਇੱਕ ਦਿਨ ਦੇ ਤੇ ਉਸ ਬੱਚੇ ਦੇ ਖਰਚੇ ਦਾ ਤੇ ਉਹਦੇ ਵਿੱਚ ਅਸੀਂ 7 ਕੈਟਾਗਰੀਜ਼ ਦੇ ਵਿੱਚ ਬੱਚੇ ਲਏ 7-8 ਕੈਟਾਗਰੀਜ਼ ਦੇ ਵਿੱਚ ਜਿਵੇਂ ਐਸ ਮੈਂਸ਼ਨਡ ਗੁਰਚਰਨ ਵੀਰ ਜੀ ਐਂਡ ਜਸਪਾਲ ਵੀਰ ਜੀ ਕਿ ਉਹਦੇ ਵਿੱਚ ਅਸੀਂ ਜਿਹੜੇ ਪਰਿਵਾਰਾਂ ਨੇ ਸੁਸਾਈਡ ਕੀਤਾ ਕਿਸਾਨਾਂ ਨੇ ਕੀਤਾ ਸੁਸਾਈਡ ਉਹਨਾਂ ਦੇ ਬੱਚਿਆਂ ਦਾ ਵਿੱਚ ਐਜੂਕੇਸ਼ਨ ਦਾ ਹੈਗਾ ਉਹਦੇ ਵਿੱਚ ਵਿਡੋ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਬੱਚੇ ਐਜੂਕੇਸ਼ਨ ਲੈ ਰਹੇ ਉਸ ਪ੍ਰੋਗਰਾਮ ਦੇ ਅੰਡਰ ਗ੍ਰੰਥੀ ਸਿੰਘ ਹੈਗੇ ਨੇ ਉਹਨਾਂ ਦੇ ਬੱਚੇ ਜਿਹੜਾ ਕਿ ਮਾਤਾ ਭੋਜਨ ਸਕੀਮ ਦੇ ਅੰਡਰ ਐਜੂਕੇਸ਼ਨ ਲੈ ਰਹੇ ਹੈਗੇ ਨੇ ਤੇ ਸੋ ਇਸ ਤਰ੍ਹਾਂ 7 ਕੈਟਾਗਰੀਜ਼ ਦੇ ਵਿੱਚ ਕਰਕੇ ਜਿਹੜਾ ਕਿ ਬੱਚੇ ਲੈ ਜਾਂਦੇ ਹੈਗੇ ਨੇ ਤੇ ਇੱਥੋਂ ਫਿਰ ਅਸੀਂ ਡੋਨਰਸ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇੱਕ ਇੱਕ ਬੱਚਾ ਸਾਰੇ ਲਵੋ ਇੱਕ ਲਵੋ ਦੋ ਲਵੋ ਜਿੰਨੀ ਜਿੰਨੀ ਸਾਡੀ ਸ਼ਰਧਾ ਹੈਗੀ ਹੈ ਬਿਲਕੁਲ ਤੇ ਉਹਦੇ ਵਿੱਚ ਕੀ ਨਾਮ ਹੈ ਅਸੀਂ ਪੂਰਾ ਈਮੇਲ ਤੇ ਫੋਨ ਨੰਬਰ ਦੇ ਨਾਲ ਡੋਨਰ ਦਾ ਪੂਰਾ ਅਕਾਊਂਟ ਕ੍ਰੀਏਟ ਹੁੰਦਾ ਅੱਛਾ ਜੀ ਤੇ ਡੋਨਰ ਕੀ ਕਰਦਾ ਹੈਗਾ ਕਿ ਡੋਨਰ ਨੂੰ ਪੂਰੇ ਜਿਹੜੇ ਅਪਡੇਟਸ ਬੱਚੇ ਦੇ ਆਉਂਦੇ ਨੇ ਬੱਚੇ ਦਾ ਨਾਮ ਬੱਚੇ ਦੀਆਂ ਪਿਕਚਰਸ ਤੇ ਤੇ ਪਲਸ ਜਦੋਂ ਡੋਨਰ ਇੰਡੀਆ ਜਾਂਦੇ ਨੇ ਬੱਚੇ ਨੂੰ ਮਿਲ ਸਕਦੇ ਨੇ ਬੱਚੇ ਦੀ ਪ੍ਰੋਗਰੈਸ ਰਿਪੋਰਟ ਪ੍ਰੋਵਾਈਡ ਕੀਤੀ ਜਾਂਦੀ ਹੈ ਡੋਨਰ ਨੂੰ ਸਾਡੇ ਇੱਥੇ ਵਰਜੀਨੀਆ ਵਿੱਚ ਨਾ ਇੱਕ ਗੁਰਦੁਆਰਾ ਸਾਹਿਬ ਦੀ ਇੱਕ ਫਾਊਂਡੇਸ਼ਨ ਹੈਗੀ ਹੈ ਤੇ ਉਹਦੇ ਵਿੱਚ ਰਿਸ਼ੀ ਜੀ ਹੈਗੇ ਨੇ ਹਨਾ ਰਿਸ਼ੀ ਵੀਰ ਜੀ ਤੇ ਉਹਨਾਂ ਨੇ ਇੰਡੀਆ 22-25 ਬੱਚੇ ਗੁਰਦੁਆਰੇ ਦੀ ਸੰਗਤ ਜਿਹੜਾ ਫੰਡ ਇਕੱਠਾ ਗੁਰਦੁਆਰੇ ਦਾ ਹੁੰਦਾ ਉਹਨਾਂ ਨੇ ਇੱਥੇ ਬੱਚੇ ਸਪੌਂਸਰ ਕੀਤੇ ਹੋਏ ਨੇ ਅੱਛਾ ਜੀ ਉਹਨਾਂ ਦੇ ਵਰਜੀਨੀਆ ਦੇ ਵਿੱਚ ਹੁਣ ਉਹ ਇੰਡੀਆ ਗਏ ਜਿਹੜੇ ਮਤਲਬ ਕਿ ਹੈਡ ਹੈਗੇ ਨੇ ਉਸ ਆਰਗਨਾਈਜੇਸ਼ਨ ਦੇ ਤੇ ਉਹਨਾਂ ਦਾ ਜਿੰਨਾ ਡੋਨੇਸ਼ਨ ਗੋਲਕ ਵਿੱਚ ਆਉਂਦਾ ਲੰਗਰ ਵਗੈਰਾ ਚ ਲੱਗ ਗਿਆ ਜਿਹੜਾ ਵੱਧ ਹੁੰਦਾ ਨਾ ਉਹ ਹਰ ਸਾਲ ਬੱਚੇ ਐਡ ਕਰਦੇ ਨੇ ਉਹਨਾਂ ਨੇ ਸਾਡੇ 28 ਬੱਚੇ ਆਲਰੇਡੀ ਹੋ ਗਏ ਨੇ ਮਾਈ ਗੁੱਡਨੈਸ ਇੰਡੀਆ ਗਏ ਉਹ ਨਾ ਸਾਨੂੰ ਸਾਜ ਵੀ ਦਾਨ ਕਰਦੇ ਨੇ ਹੁਣ ਨਾ ਜਿਹੜੇ ਸਾਜ ਸਰੰਗੀ ਉਹ ਵੀ ਉਹਨਾਂ ਨੇ ਸਾਨੂੰ ਦਾਨ ਕੀਤੀਆਂ ਨੇ ਅੱਛਾ ਜੀ ਤੇ ਉਹ ਇੰਡੀਆ ਗਏ ਤੇ ਉਹ ਜਦੋਂ ਬੱਚਿਆਂ ਨੂੰ ਮਿਲੇ ਤੇ ਉਹਨਾਂ ਦੀ ਵਾਈਫ ਬਹੁਤ ਰੋ ਰਹੇ ਸੀ ਤੇ ਕਹਿੰਦੇ ਹਨਾ ਇੰਨਾ ਰੋ ਰਹੇ ਸੀ ਤੇ ਕਹਿੰਦੇ ਕਿ ਸਾਨੂੰ ਵਾਕਈ ਫੀਲਿੰਗ ਆਉਂਦੀ ਹੈ ਕਿ ਐਕਚੁਅਲੀ ਦੇ ਵਿੱਚ ਫੰਡ ਕਿਸ ਤਰ੍ਹਾਂ ਯੂਜ਼ ਕਰਨਾ ਤੇ ਕਿਸ ਤਰ੍ਹਾਂ ਮੂਵ ਹੋ ਰਿਹਾ ਹੈ ਜੀ ਬੜੇ ਸਾਰੇ ਡੋਨਰਸ ਨੇ ਜਿਹੜੇ ਇੰਡੀਆ ਜਾਂਦੇ ਨੇ ਵਿਜ਼ਿਟ ਕਰਦੇ ਨੇ ਮਿਲਦੇ ਨੇ ਹੁਣ ਸਾਡੇ ਹਿਊਸਟਨ ਦੇ ਇੱਕ ਸਾਡੇ ਹਿੰਦੂ ਭੈਣ ਜੀ ਹੈਗੇ ਨੇ ਦੀਪਿਕਾ ਜੀ ਨਿਊ ਜਰਸੀ ਤੋਂ ਤੁਸੀਂ ਮੰਨੋਗੇ ਉਹਨਾਂ ਨੇ ਸਾਨੂੰ 2015 ਨੂੰ ਇੱਕ ਬੱਚਾ ਸਪਾਂਸਰ ਕੀਤਾ ਲਾਈਫ ਟਾਈਮ 2016 ਵਿੱਚ 2019 ਚ ਉਹਨਾਂ ਨੇ 3 ਬੱਚੇ ਸਪਾਂਸਰ ਕੀਤੇ ਤੇ ਉਹਨਾਂ ਦਾ ਫਰਨੀਚਰ ਦਾ ਬਿਜ਼ਨਸ ਹੈਗਾ ਤੇ ਬਟ ਉਹ ਹਿੰਦੂ ਪੰਡਿਤ ਹੈਗੇ ਨੇ ਉਹ ਇੰਨੇ ਸਾਡੇ ਤੋਂ ਸੈਟੀਸਫਾਈਡ ਨੇ ਸਾਡੇ ਪ੍ਰੋਜੈਕਟ ਤੋਂ ਤੇ ਉਹ ਕਹਿੰਦੇ ਮੈਨੂੰ ਤਾਂ ਮੰਦਿਰ ਮੇ ਵੀ ਦੇਣਾ ਬੰਦ ਕਰ ਦਿਆ ਮੁਕਤਾ ਹਿੰਦੀ ਬੋਲਦੇ ਨੇ ਬਹੁਤ ਪਿਆਰੀ ਤੇ ਹਿੰਦੂ ਪੰਜਾਬੀ ਹੈਗੇ ਨੇ ਤੇ ਕਹਿੰਦੇ ਬਸ ਆ ਬੱਚੇ ਪੜ੍ਹਾਈ ਦਿਓ ਉਹਨਾਂ ਦਾ ਹੁਣ ਦੇਖੋ ਉਹਨਾਂ ਨੂੰ ਇੰਨਾ ਰਿਕਾਰਡ ਛੱਡੇ ਗਏ ਉਹਨਾਂ ਨੇ ਸਾਨੂੰ ਇੰਨਾ ਵਾਚ ਕੀਤਾ ਦੇ ਸਟਾਰਟਡ ਵਿਦ ਵਨ ਕਿਡ ਹੁਣ ਉਹਨਾਂ ਦੇ ਅਕਾਊਂਟ ਦੇ ਥੱਲੇ 7 ਕਿਡਸ ਹੈਗੇ ਨੇ ਵਾਓ ਓ ਮਾਈ ਗੋਡ ਹਰ ਸਾਲ $15,000 ਜਦੋਂ ਆਪਾਂ ਈਅਰ ਐਂਡ ਆਪਣਾ ਟੈਕਸ ਦਾ ਸਾਰਾ ਕਰਨਾ ਹੁੰਦਾ ਕੈਲਕੂਲੇਸ਼ਨ ਹਾਂਜੀ ਹਾਂਜੀ ਉਹ ਆਪਣਾ ਕੈਲਕੂਲੇਸ਼ਨ ਕਰਕੇ ਕਿ ਮੈਂ ਇਸ ਨੂੰ ਦਾ ਚੈੱਕ ਭੇਜ ਰਹੀ ਹਾਂ ਫਾਰ ਵੈਨ ਯੂ ਰਿਸੀਵਡ ਇਟ ਜੀ ਸੋ ਕਾਈਂਡਲੀ ਲੈਟ ਮੀ ਨੋ ਵਾਓ ਸੋ ਇਸ ਤਰ੍ਹਾਂ ਇਹ ਪ੍ਰੋਗਰਾਮ ਹੁਣ ਸਾਡੇ ਅਮਰੀਕਾ ਤੋਂ ਇਸ ਟਾਈਮ 1350 ਬੱਚਾ ਜਿਹੜਾ ਅਮਰੀਕਾ ਦੇ ਸਾਡੀ ਸੇਵਾਦਾਰਾਂ ਦੀ ਝੋਲੀ 'ਚ ਸੇਵਾ ਪਈ ਹੋਈ ਹੈ ਅਸੀਂ ਹਾਲਾਂਕਿ ਸਾਡੇ ਇਸ ਸਾਲ ਨੇਤਾ ਜੀ ਬੜਾ ਫਾਈਨੈਂਸ਼ੀਅਲ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਟਰਗਲ ਕਰਦੇ ਹਾਂ ਬੜੇ ਸਾਰੇ ਨਾ ਸਕੂਲਾਂ ਦੇ ਵਿੱਚੋਂ ਬੱਚੇ ਕੱਢੇ ਗਏ ਦੂਸਰੇ ਪਬਲਿਕ ਸਕੂਲਾਂ 'ਚੋਂ ਹਾਂਜੀ ਹਾਂਜੀ ਬੱਚਿਆਂ ਨੂੰ ਵੀ ਅਸੀਂ ਲਿਆ ਹੈਗਾ ਵੇ ਤੇ ਹੁਣ ਸਾਡੇ ਇੱਥੇ ਸਵੀਟੀ ਪੈਂਜੀ ਅੱਗੇ ਜਸਜੀਤ ਕੌਰ ਨਾਮ ਹੈ ਉਹਨਾਂ ਦਾ ਉਹ ਹਰ ਰੋਜ਼ ਕਾਲ ਕਰਕੇ ਇੱਕ ਦੋ ਬੱਚੇ ਸਪਾਂਸਰ ਕਰਾ ਰਹੇ ਨੇ ਅਸੀਂ 5000 ਬੱਚਾ ਅਸੀਂ ਫਿਰ ਵੀ ਡਾਕਟਰ ਵੀਰ ਜੀ ਨੇ ਲਿਆ ਅਸੀਂ ਹੁਣ ਉਹਨਾਂ ਵਾਸਤੇ ਵੀ ਇੱਥੇ ਡੋਨਰਸ ਲੱਭ ਰਹੇ ਹੈਗੇ ਆ ਤੇ ਸੋ ਬਹੁਤ ਹੀ ਬੜੇ ਵਿਲੱਖਣ ਤਰੀਕੇ ਨਾਲ ਇਹ ਪ੍ਰੋਗਰਾਮ ਚੱਲ ਰਿਹਾ ਹੁਣ ਇਹ ਪ੍ਰੋਗਰਾਮ ਜਿਵੇਂ ਪ੍ਰੀ ਸਕੂਲ ਨੂੰ ਸਮਿਤਾ ਜੀ ਸਾਡੇ ਡੱਲਸ ਵਿੱਚ ਹੈਗੇ ਨੇ ਅੰਕਲ ਉਹਨਾਂ ਦੇ ਪਿੰਡ ਚੋਂ ਕਹਿੰਦੇ ਕਿ ਅਸੀਂ 2 ਸਕੂਲ ਖੋਲੇ ਉਹਨਾਂ ਨੇ ਉਹ ਨਹੀਂ ਚੱਲ ਪਾਏ ਕਹਿੰਦੇ ਕਿ ਨਹੀਂ ਪੈਸਾ ਆਇਆ ਜਾਂ
somehow oh kende 100% free education wala chal hi nahi sakda kende jada toda model hega na ki jada self sustained ya tusi maintain kita hoya apne aap nu te toade school hamesha vadan ge nale baba ji kende ne ki ek kartar de hukm vich chal rahe guru di kripa hai bilkul uncle hege ne oh na unna ne zameen ditti na baba ji nu na ਤੇਰੇ ਬਾਬਾ ਉਹਨਾਂ ਦੇ ਬੇਟੇ ਕਿਵੇਂ ਹੋ ਗਏ ਤੇ ਇੰਸ਼ੋਰੈਂਸ ਆਇਆ ਤੇ ਉਹਨਾਂ ਨੇ ਦਾਨ ਕੀਤੀ ਜ਼ਮੀਨ ਤੇ ਉਹਨਾਂ ਨੇ ਨਾ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਮੈਂ ਤੇ ਆਪਣੇ ਪਰਿਵਾਰ ਤੋਂ ਵੀ ਲੜ ਕੇ ਜ਼ਮੀਨ ਲੈ ਲਈ ਮੈਂ ਆਪਣੇ ਪੁੱਤਰ ਦਾ ਵੀ ਜਿਹੜਾ ਹੋਇਆ ਸਬਦਾਨ ਕਰਤਾ ਤੇ ਹੁਣ ਇਹ ਸਕੂਲ ਚੱਲਦਾ ਰਹੇਗਾ ਨਾ ਤੇ ਬਾਬਾ ਜੀ ਨੇ ਕਿਹਾ ਸੀ ਰਾਜ ਸਿੰਘ ਜੇ ਉਹ ਸਕੂਲ ਤੂੰ ਚਲਾ ਰਿਹਾ ਹੁੰਦਾ ਨਾ ਤੇ ਜ਼ਰੂਰ ਡੁੱਬਣਾ ਸੀ ਜੇ ਮੈਂ ਵੀ ਚਲਾ ਰਿਹਾ ਹੁੰਦਾ ਤਾਂ ਵੀ ਡੁੱਬਣਾ ਸੀ ਇਹ ਜਿਹੜੇ ਸਕੂਲ ਨੇ ਇੱਕ ਕਰਤਾਰ ਚਲਾ ਰਿਹਾ ਇੱਕ ਕਰਤਾਰ ਦੇ ਹੁਕਮ ਵਿੱਚ ਚੱਲ ਰਹੇ ਨੇ ਕਹਿੰਦੇ ਜਿਸ ਦਾ ਕਾਰਜ ਤਿੰਨੇ ਕੀਆ ਮਾਨਸ ਕਿਆ ਵਿਚਾਰਾ ਰਾਮ ਹਨਾ ਇਸ ਕਰਕੇ ਇਹਨੂੰ ਭਾਗ ਲੱਗ ਰਹੇ ਨੇ ਕਿਉਂਕਿ ਇਹ ਕਰਤਾਰ ਦਾ ਹੁਕਮ ਹੈਗਾ ਕਿ ਸਾਡੇ ਬੱਚਿਆਂ ਨੂੰ ਇਸ ਦਿਨ ਸਾਡੇ ਪਿੰਡਾਂ ਦੇ ਬੱਚਿਆਂ ਦੀ ਰਾਖੀ ਉਹ ਕਰਤਾਰ ਆਪ ਕਰ ਰਿਹਾ ਸਰਕਾਰਾਂ ਨੇ ਤਾਂ ਕੀਤੀ ਨੀ ਬਟ ਉਹ ਸੇਵਾ ਜਿਹੜੀ ਹੈ ਉਹ ਬਾਬਾ ਇਕਬਾਲ ਸਿੰਘ ਜੀ ਡਾਕਟਰ ਖੇਮ ਸਿੰਘ ਜੀ ਇਹੋ ਜਿਹੀਆਂ ਜਿਹੜੀਆਂ ਪਿਓਰ ਰੂਹਾਂ ਧਰਤੀ ਤੇ ਆਈਆਂ ਤੇ ਉਹਨਾਂ ਕੋਲੋਂ ਇਹ ਸੇਵਾ ਲੈ ਰਿਹਾ ਇੱਕ ਇੱਕ ਬੱਚੇ ਦੀ ਪੂਰੀ ਜ਼ਿੰਦਗੀ ਮਤਲਬ ਕਿੰਨੀ ਕੁ ਚੇਂਜ ਹੋ ਸਕਦੀ ਕਿੰਨੀ ਸਫਲ ਹੋ ਸਕਦੀ ਹੈ ਤੁਹਾਡੇ ਕੁਛ $100 ਦੇ ਨਾਲ ਕੁਛ $100 ਦਾ ਜਾ ਕੇ ਬੰਦਾ ਇੱਕ ਡਿਨਰ ਤੇ ਇੱਕ ਸ਼ੋਪਿੰਗ ਟ੍ਰਿਪ ਤੇ ਗਵਾ ਦਿੰਦਾ ਹੈ ਤੇ ਉਹਦਾ ਤੁਹਾਨੂੰ ਕੀ ਅੱਗੇ ਜਾ ਕੇ ਫਲ ਮਿਲਣਾ ਹੈ ਮੋਮੈਂਟਰੀ ਤੁਹਾਨੂੰ ਪਲੇਜ਼ਰ ਮਿਲਦਾ ਤਾਂ ਇਹ ਤਾਂ ਮੈਂ ਕਹਾਂਗੀ ਇਟਰਨਲ ਗੁੱਡ ਕਰਮਾ ਤੇ ਇੱਕ ਬੱਚੇ ਕਿੰਨੇ ਬੱਚਿਆਂ ਦੀ ਜ਼ਿੰਦਗੀ ਤੁਸੀਂ ਸੁਧਾਰ ਰਹੇ ਹੋ ਕਿੰਨੀ ਕਮਿਊਨਿਟੀਜ਼ ਦੀ ਜ਼ਿੰਦਗੀ ਸੁਧਾਰ ਰਹੇ ਹੋ ਇਟਸ ਅਮੇਜ਼ਿੰਗ ਥੈਂਕ ਯੂ ਸੋ ਮੱਚ ਰਵੀਦੀਪ ਕੌਰ ਮੁਕਤਾ ਜੀ ਤੇ ਸਾਡੇ ਬਾਕੀ ਪੈਨਲਿਸਟ ਗੁਰਚਰਨ ਸਿੰਘ ਜੀ ਮੈਨੂੰ ਲੱਗਦਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਇੱਕ ਪੁਆਇੰਟ ਕਹਿਣਾ ਚਾਹੁੰਦਾ ਹਾਂ ਜੀ ਇੰਡੀਆ ਅੱਜ ਅਸੀਂ ਕਾਰਪੋਰੇਟ ਸੈਕਟਰ ਲੜ ਰਹੇ ਹਾਂ ਜਿਹੜਾ ਕਿਸਾਨਾਂ ਦਾ ਮੁੱਦਾ ਉਹ ਕਾਰਪੋਰੇਟ ਸੈਕਟਰ ਨਾਲ ਹੀ ਸਾਡਾ ਮੱਥਾ ਲੱਗਿਆ ਹੋਇਆ ਹੈ ਐਜੂਕੇਸ਼ਨ ਬਾਰੇ ਇੱਕ ਚੀਜ਼ ਸਰੋਤਿਆਂ ਦੇ ਧਿਆਨ ਚ ਲੈਣਾ ਚਾਹੁੰਦਾ ਹੈ ਜੀ 2009 ਦੇ ਵਿੱਚ ਇੱਕ ਰਾਈਟ ਟੂ ਐਜੂਕੇਸ਼ਨ ਐਕਟ ਸੈਂਟਰ ਗਵਰਨਮੈਂਟ ਨੇ ਪਾਸ ਕੀਤਾ ਸੀ ਜੀ ਉਹ ਦੱਸਿਆ ਤਾਂ ਇਹ ਗਿਆ ਸੀ ਵੀ ਅਸੀਂ ਬਿੱਟਾਂ ਦਾ ਬਹੁਤ ਪ੍ਰਸਾਰ ਕਰਾਂਗੇ ਬੜਾ ਤਕੜਾ ਇਨਫਰਾਸਟ੍ਰਕਚਰ ਖੜਾ ਕਰਾਂਗੇ ਹਰ ਬੱਚੇ ਨੂੰ ਫ੍ਰੀ ਪੜ੍ਹਾਇਆ ਜਾਏਗਾ ਪਰ ਅਸਲ ਵਿੱਚ ਉਸ ਬਿੱਲ ਨੇ ਸਾਡੇ ਐਜੂਕੇਸ਼ਨ ਸਿਸਟਮ ਦਾ ਵਿੱਚ ਇੰਨੀ ਵੱਡੀ ਕਰਾਫਟ ਲੈ ਕੇ ਆਉਂਦੀ ਆ ਅੱਜ ਇੰਜੀਨੀਅਰ ਜਿਹੜੇ ਕਾਲਜਾਂ ਨਿਕਲੇ ਨੇ ਸਾਡਾ 30% ਇੰਜੀਨੀਅਰ ਰੇਟ ਆ ਜਿਹੜਾ ਜਿਹੜਾ ਕੁਆਲੀਫਾਈ ਕਰਦਾ ਨੌਕਰੀ ਲਈ ਬਿੱਲ ਦੇ ਵਿੱਚ ਕੀ ਸੀਗਾ ਕਿ 8 ਤੱਕ ਬੱਚਾ ਫੇਸ ਨਹੀਂ ਕਰਨਾ ਵਾਓ ਪਰ ਸੈਂਟਰ ਗਵਰਨਮੈਂਟ ਦੇ ਵਿੱਚ ਕੁਛ ਇਸ ਨੂੰ ਰਿਸਰਚ ਕਰਨਾ ਚਾਹੁੰਦੇ ਸੀਗੇ ਤਾਂ ਉਹਨਾਂ ਨੇ ਬਹਾਨਾ ਹੀ ਬਣਾਇਆ ਚਲੋ ਐਂ ਕਰੋ ਸਰਵੇ ਕਰਾ ਲਓ ਇਸ ਦੇ ਉੱਤੇ ਕਿ ਇਹ ਬਿੱਲ ਪਾਸ ਕੀਤਾ ਜਾਵੇ ਨਾ ਕੀਤਾ ਜਾਵੇ ਜੀ ਉਹ ਸਰਵੇ ਹੋਇਆ ਜਿੰਨੇ ਸਰਵੇ ਮੈਂ 5-4 ਪੜ੍ਹੇ ਨੇ ਸਾਰਿਆਂ ਵਿੱਚ ਇਸ ਦੀ ਓਪੋਜੀਸ਼ਨ ਹੋਈ ਸੀ ਇਹ ਐਕਟ ਨੂੰ ਲਾਗੂ ਨਾ ਕੀਤਾ ਜਾਵੇ ਪਰ ਉਹ ਬਿੱਲ ਪਾਸ ਕੀਤਾ ਗਿਆ ਉਹ ਬਿੱਲ ਕਿਵੇਂ ਪਾਸ ਕੀਤਾ ਗਿਆ ਉਹਨੂੰ ਪਾਸ ਕਰਨ ਵਾਸਤੇ ਵਰਲਡ ਬੈਂਕ ਦਾ ਪ੍ਰੈਸ਼ਰ ਪਿਆ ਉਹਨਾਂ ਨੇ ਫਿਰ ਇੱਕ ਜਿਵੇਂ ਲਾਲੀਪੌਪ ਦਿੰਦੀਆਂ ਕਾਰਪੋਰੇਸ਼ਨ ਇੱਕ ਲਾਲਚ ਦਿੰਦੀਆਂ $1 billion ਦਾ ਸੈਂਟਰ ਲੋਨ ਵੀ ਦਿੱਤਾ ਜੀ ਪਰ ਉਹ $1 billion ਦਾ ਲੋਨ ਸੀ ਜੀ ਉਹ ਕਿਤੇ ਸਾਨੂੰ ਸ਼ਹਿਰਾਂ ਚ ਪਿੰਡਾਂ ਚ ਉਹਦਾ ਕੋਈ ਅਸਰ ਨਹੀਂ ਦੱਸਦਾ ਵੀ ਉਹ ਕਿਤੇ ਉਹਨੇ ਐਜੂਕੇਸ਼ਨ ਦੇ ਵਿੱਚ ਕੋਈ ਇਨਫਰਾਸਟ੍ਰਕਚਰ ਦੇ ਵਿੱਚ ਵਾਧਾ ਕੀਤਾ ਹੋਵੇ ਟੀਚਰਸ ਹੋਰ ਹਾਇਰ ਕਰੇ ਹੋਣ ਤੇ ਇਸੇ ਕਰਕੇ ਉਹਨਾਂ ਜਿਹੜੀ ਫਾਊਂਡੇਸ਼ਨ ਸੀ ਬੱਚਿਆਂ ਦੀ ਪਹਿਲੀ ਤੋਂ ਲੈ ਕੇ 8ਵੀਂ ਤੱਕ ਉਹ ਬੱਚਾ ਸਿੱਖ ਨਹੀਂ ਰਿਹਾ ਕਿ ਇਗਜ਼ਾਮ ਹੁੰਦਾ ਨੀ ਗਾ ਬੱਚੇ ਅਗਲੇ ਉੱਚ ਗ੍ਰੇਡ ਪਾਸ ਹੋ ਜਾਂਦੇ ਨੇ ਪੰਜਾਬ ਨੇ ਕੀਤਾ ਜਦੋਂ 10+2 ਚ ਬੱਚਾ ਨਹੀਂ ਸੀ ਉਹਦਾ ਬੇਸ ਨਹੀਂ ਬਣਿਆ ਹੁੰਦਾ ਉਹਨਾਂ ਨੂੰ ਇੰਡੀਆ ਵਿੱਚ ਐਡਮਿਸ਼ਨ ਮਿਲਦਾ ਜਿੰਨੀ ਚਿਰ 60% ਨੰਬਰ ਨਹੀਂ ਸੀ ਆਉਂਦੇ ਜੀ 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 ਸਹੂਲਤਾਂ ਨਹੀਂ ਦੇ ਪਾਈ ਆਪਣੇ ਸਿਟੀਜ਼ਨਸ ਨੂੰ ਬੱਚਿਆਂ ਨੂੰ ਖਾਸ ਕਰਕੇ ਪਿੰਡਾਂ ਦੇ ਜੋ ਬੱਚੇ ਹਨ ਜੋ ਸਭ ਤੋਂ ਲੋੜਵੰਦ ਹਨ ਉਹਨਾਂ ਦੀ ਸਹੂਲਤਾਂ ਪ੍ਰੋਵਾਈਡ ਹੋ ਰਹੀਆਂ ਇਸ ਸੰਸਥਾ ਰਾਹੀਂ ਤੇ ਸੰਗਤ ਦੀ ਦੇਣ ਰਾਹੀਂ ਤੇ
गुड बिजनेस सेंस गुड एफिशिएंट यूज ऑफ फंड्स राही ये जो मॉडल है वंस अगेन प्रेज्ड बाय हार्वर्ड यूनिवर्सिटी यू नो व्हाट अ बिग रिकग्निशन समा सानू अनफॉर्चुनेटली इत्थे इजाजत नहीं दिंदा होर बट इस तरह गल साडी अगले हफ्ते पिकअप करांगे जरूर इन टॉपिक्स ते एक बारी फिर मैं साडे सारे पैनलिस्ट नू थैंक यू करना चाहती हूँ सरले टाइम कड़ के साडे नाल जुड़े गुरचरण सिंह जी न्यूयॉर्क तो रविदीप कौर मुक्ता जी टैक्सिस तो ते जसपाल सिंह जी कैलिफोर्निया तो वाहिगुरू जी का खालसा वाहिगुरू मैं व्यूअर्स दसना चाहती हाँ कि एक बार फिर तुसी जरूर नंबर नोट करके रविदीप कौर मुक्ता जी दे नाल संपर्क करो अगर अज तुसी किसी भी सहूलत दे नाल रह रहे हो तुहानू कृपा है गुरु दी ते जरूर अपना दसवंध कढ के उन्हां बारे सोचो उन्हां दी हैल्प करो जिन्हां दा कोई नहीं सोचता जिन्हां दी कोई हैल्प नहीं करता ये संस्था उन्हां दी हैल्प कर रही है साडे लई इस प्रोग्राम नूं लैके कोई क्वेश्चन कॉमेंट्स कंसर्न तुसी सानू भी लिख सकते हो info@justbroadcasting.com ashmita@justbroadcasting.com हुण सानू दिओ इजाजत सत श्री अकाल